तो द वेरी फर्स्ट क्वेश्चन, कैबिनेट मिशन टू इंडिया वॉज हेडेड बाय, जो इंडिया में कैबिनेट मिशन आया था उसको कौन हेड कर रहा था? तो स्टाफर्ड क्रिप्स, ई बी अलेक्जेंडर, एंड देन वी हैव गॉट लॉर्ड पैसिफिक लॉरेंस। तो इन 1946 दे राउंड जिहड़ा साडे कोल कैबिनेट मिशन आया सीगा, तो इन्हां नूं जिहड़े साडे कोल हैड कर रहे सीगे, इट वॉज लॉरेंस, पैथेटिक लॉरेंस जिहड़े साडे कोल सीगे, लॉर्ड पैथेटिक लॉरेंस जिहड़े सीगे इन्हां नूं हैड कर रहे सीगे। तो यह पक्का याद रख लो, मैं इन्हां दे थोड़े तुहानूं डेजिग्नेशन दस दिया। तो डेजिग्नेशन जिहड़े साडे कोल लॉर्ड पैथेटिक लॉरेंस सी, सैक्रेटरी ऑफ स्टेट सीगे, तो इन्हां दा डेजिग्नेशन सब तो ज्यादा सी। स्टैफर्ड क्रिप्स जिहड़े सीगे, इह मतलब कि ही वॉज प्रेजिडेंट ऑफ बोर्ड ऑफ ट्रेड, एंड ए वी अलेक्जेंडर ही वॉज फर्स्ट लॉर्ड ऑफ एडमिरैल्टी। तो इन्हां दे डेजिग्नेशन सीगे सब तो सीनियर जिहड़े सीगे, इन्हां तो लॉर्ड पैथेटिक लॉरेंस सीगे, ते उही जिहड़े सीगे उह इन्हां नूं साडे कोल लीड कर रहे सीगे। तो नैक्सट क्वेश्चन साडे कोल, द कॉन्स्टिट्यूशन ऑफ इंडिया वॉज अडॉप्टेड बाय, द कॉन्स्टिट्यूशन ऑफ इंडिया सर, कॉन्स्टिट्यूएंट असेंबली, बिल्कुल जिहड़ी साडे कोल इंडिया की जिहड़ी कॉन्स्टिट्यूशन सीगी, इहनूं जिहड़ा अडॉप्ट कीता सीगा साडे कोल, कॉन्स्टिट्यूएंट असेंबली ने कीता सीगा, ठीक है, इहदे बारे कोई साडे कोल डाउट वाली गल नहीं है। कॉन्स्टिट्यूएंट असेंबली ने इसनूं जिहड़ा हैगा अडॉप्ट कीता सी। नैक्सट, द कॉन्स्टिट्यूएंट असेंबली फॉर अनडिवाइडेड इंडिया फर्स्ट मैट आउन, आपां इह क्वेश्चन बहुत बार कीता है, बिल्कुल इहदा आंसर जिहड़ा साडे कोल बी है, दिस इज 9 तों 23 दिसंबर, लास्ट मैं लैक्चर के विच आपां गल मत के डिस्कशन च लैंदी सी। तो इट वॉज फ्रॉम 9th दिसंबर 1946 टू दूजा जिहड़ा पीरियड सीगा 1946 टू अपना 23 सीगा। नैक्सट क्वेश्चन मैं पिकअप करा, तो यह साडे कोल क्वेश्चन है, वैन द कॉन्स्टिट्यूएंट असेंबली of the Dominion of India reassembled on 31st December 1947. Its membership was reduced to, ਇਹ ਜਿਹੜੀ ਮੈਂਬਰਸ਼ਿਪ ਸੀ ਉਹ ਕਿੰਨੀ ਰਹਿ ਗਈ ਸੀ? ਤੋ 3rd June ਪਲਾਨ ਤੋਂ ਬਾਅਦ ਆਪਾਂ ਨੂੰ ਇੱਕ ਕੁਸ਼ਚਨ ਵੀ ਆਇਆ ਹੋਇਆ ਪਹਿਲਾਂ ਕਿ ਜਿਹੜਾ ਸਾਡੇ ਕੋਲ 3rd June ਪਲਾਨ ਸੀਗੀ, 3rd June ਲਾਸਟ ਆਪਾਂ ਕੁਸ਼ਚਨ ਕੀਤਾ, 3rd June ਪਲਾਨ ਤੋਂ ਬਾਅਦ ਮੁਸਲਿਮ ਲੀਗ ਦੀ ਜਿਹੜੀ ਸੀ ਨਾ 3rd June 1947 ਦੀ ਇੱਕ ਪਲਾਨ ਸੀ ਜਿਹੜੀ ਕਿ ਜਿਹਦੇ ਅੰਦਰ ਕਿ ਇੰਡੀਆ ਆਜ਼ਾਦ ਹੋਇਆ, ਤੋ ਉਹਨੂੰ 3rd June ਪਲਾਨ ਕਹਿੰਦੇ ਆ। ਤੋ ਬਾਅਦ ਚ ਉਹਨਾਂ ਦੀ ਪਾਰਲੀਮੈਂਟ ਨੇ ਪਾਸ ਕੀਤੀ, 3rd June ਦੀ ਪਲਾਨ ਤੋਂ ਬਾਅਦ ਸਾਡੇ ਨੰਬਰ ਕਾਫੀ ਰਿਡਿਊਸ ਹੋ ਗਏ ਸੀ, ਐਂਡ ਇਟ ਵਾਜ 299 ਇਹਦੀ ਜਿਹੜੀ ਫਿਗਰ ਹੈ ਸਾਡੇ ਕੋਲ, ਇਹਦੀ ਜਿਹੜੀ ਐਕਚੁਅਲ ਫਿਗਰ ਹੈ ਦੈਟ ਵਾਜ 299 ਇਹ ਹੈ ਆਨਸਰ ਜਿਹੜਾ। ਨੈਕਸਟ ਇਸ, ਹੂ ਅਮੰਗ ਦ ਫੋਲੋਇੰਗ ਵਾਜ ਕਾਨਸਟੀਟਿਊਸ਼ਨਲ ਐਡਵਾਈਜ਼ਰ ਟੂ ਦ ਕਾਨਸਟੀਚੁਐਂਟ ਅਸੈਂਬਲੀ ਆਫ ਇੰਡੀਆ, ਇਹ ਵੀ ਆਪਾਂ ਲਾਸਟ ਟਾਈਮ ਕੁਐਸਚਨ ਕੀਤਾ, ਕੌਣ ਸੀਗਾ? ਇਟ ਵਾਜ ਬੀ ਐਨ ਰਾਓ ਸਰ, ਬਿਲਕੁਲ ਬੀ ਐਨ ਰਾਓ, ਬੀ ਐਨ ਰਾਓ ਸਾਡੇ ਕੋਲ ਕਾਨਸਟੀਟਿਊਸ਼ਨਲ ਐਡਵਾਈਜ਼ ਇਹਦਾ ਜਿਹੜਾ ਸੀਗਾ ਉਹ ਐਡਵਾਈਜ਼ਰ ਸੀਗਾ। ਦ ਕਾਨਸਟੀਟਿਊਸ਼ਨ ਆਫ ਇੰਡੀਆ ਵਾਜ ਇਨੈਕਟਿਡ ਬਾਏ ਦ ਕਾਨਸਟੀਚੁਐਂਟ ਅਸੈਂਬਲੀ ਸੈਟ ਅਪ ਅੰਡਰ, ਜਿਹੜੀ ਕਾਨਸਟੀਚੁਐਂਟ ਅਸੈਂਬਲੀ ਸੀ ਇਹ ਸਾਡੇ ਕੋਲ ਅੰਡਰ ਇੰਡੀਅਨ ਇੰਡੀਪੈਂਡੈਂਸ ਐਕਟ, ਅੰਡਰ ਕੈਬਨਿਟ ਮਿਸ਼ਨ ਪਲਾਨ, ਥਰੂ ਏ ਰੈਜੋਲੂਸ਼ਨ ਆਫ ਪ੍ਰੋਵਿੰਸ਼ੀਅਲ ਗਵਰਨਮੈਂਟ ਬਾਏ ਇੰਡੀਅਨ ਕਾਂਗਰਸ। ਦੱਸੋ ਜੀ, ਦੇਖੋ ਇਹਦੇ ਵਿੱਚ ਏ ਦੇ ਬੀਚ ਕੰਪੀਟੀਸ਼ਨ ਹੈ, ਠੀਕ ਹੈ, ਤੋ ਇਹਦੇ ਵਿੱਚ ਦੇਅਰ ਇਜ਼ ਅ ਕੰਪੀਟੀਸ਼ਨ ਬਿਟਵੀਨ ਏ ਐਂਡ ਬੀ, ਐਂਡ ਇਟ ਇਜ਼ ਦਾ ਕੈਬਨਿਟ ਮਿਸ਼ਨ ਪਲਾਨ, ਜਿਹੜਾ ਸਾਡੇ ਕੋਲ ਕੈਬਨਿਟ ਮਿਸ਼ਨ ਪਲਾਨ ਹੈ। ਮੈਂ ਗਵਰਨਮੈਂਟ ਆਫ ਇੰਡੀਆ ਐਕਟ ਹੈ ਜਿਹੜਾ ਉਹ ਕਾਨਸਟੀਚੁਐਂਟ ਅਸੈਂਬਲੀ ਦੀ ਗੱਲ ਤਾਂ ਕਰਦਾ, ਪਰ ਜਿਹੜੀ ਸਾਡੇ ਕੋਲ ਕੈਬਨਿਟ ਮਿਸ਼ਨ ਪਲਾਨ ਹੈ ਇਹਦੇ ਅੰਡਰ ਜਿਹੜੇ ਕਾਨਸਟੀਚੁਐਂਟ ਅਸੈਂਬਲੀ ਦੀ ਕੈਬਨਿਟ ਮਿਸ਼ਨ ਪਲਾਨ ਦਾ ਐਕਚੁਅਲ ਮੈਂ ਤੁਹਾਨੂੰ ਜਿਹੜਾ ਦੱਸਦਾ, ਦ ਆਈਡੀਆ ਆਫ ਪਾਕਿਸਤਾਨ ਵਾਜ ਰਿਜੈਕਟਿਡ, ਇੰਡੀਆ ਵਾਜ ਟੂ ਬੀ ਡਿਵਾਈਡਡ ਇੰਟੂ 3 ਗਰੁੱਪਸ, ਗਰੁੱਪ ਏ ਦੇ ਵਿੱਚ ਮਦਰਾਸ, ਬੰਬੇ, ਸੈਂਟਰਲ ਪ੍ਰੋਵਿੰਸ, ਯੂਨਾਈਟਡ ਪ੍ਰੋਵਿੰਸ, ਬਿਹਾਰ ਤੇ ਉੜੀਸਾ ਸੀ, ਤੇ ਗਰੁੱਪ ਬੀ ਦੇ ਵਿੱਚ ਫਰੰਟੀਅਰ ਪ੍ਰੋਵਿੰਸ, ਪੰਜਾਬ, ਸਿੰਧ ਤੇ ਬਲੋਚਿਸਤਾਨ, ਇੱਥੇ ਸਬਸਟੈਂਸ਼ੀਅਲ ਮੁਸਲਿਮ ਆਬਾਦੀ ਸੀ, ਗਰੁੱਪ ਸੀ ਦੇ ਵਿੱਚ ਸਾਡੇ ਕੋਲ ਬੰਗਾਲ ਤੇ ਅਸਾਮ ਸੀ। ਤੇ ਜਿਹੜਾ ਕੈਬਨਿਟ ਮਿਸ਼ਨ ਸੀਗਾ ਉਹਨੇ ਇਹ ਰਿਕਮੈਂਡ ਕੀਤਾ ਸੀ ਕਿ ਕਾਨਸਟੀਟਿਊਸ਼ਨ ਫਰੇਮ ਕੀਤੀ ਜਾਊਗੀ, ਤੇ ਜਿਹੜੇ ਪਾਪੂਲੇਸ਼ਨ ਦੀ ਰੇਸ਼ੋ ਦੇ ਵਿੱਚ ਅਸੀਂ ਰਿਪ੍ਰੈਜੈਂਟੇਟਿਵ ਸਿਲੈਕਟ ਇਲੈਕਟ ਕਰਾਂਗੇ ਤੇ ਉਹ ਕਾਨਸਟੀਚੁਐਂਟ ਅਸੈਂਬਲੀ ਬਣਾਉਣਗੇ। ਤੋ ਜਿਹੜੀ ਕਾਨਸਟੀਟਿਊਸ਼ਨ ਹੈ ਜਿਹੜੀ ਇਹ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਹੀ ਬਣੀ ਹੈ। ਇੰਡੀਆ ਇੰਡੀਪੈਂਡੈਂਸ ਐਕਟ ਨੇ ਕਾਨਸਟੀਚੁਐਂਟ ਅਸੈਂਬਲੀ ਨੂੰ ਇੱਕ ਅਡੀਸ਼ਨਲ ਪਾਵਰ ਦਿੱਤੀ ਸੀ, ਲੈਜਿਸਲੇਟਿਵ ਪਾਵਰ, ਵੀ ਜਿੰਨਾ ਟਾਈਮ ਨਵੀਂ ਸਰਕਾਰ ਐਸਟੈਬਲਿਸ਼ ਨਹੀਂ ਹੁੰਦੀ ਉਨਾ ਟਾਈਮ ਕਾਨਸਟੀਚੁਐਂਟ ਅਸੈਂਬਲੀ ਕਾਨੂੰਨ ਬਣਾਉਣ ਦਾ ਕੰਮ ਵੀ ਕਰੂਗੀ ਤੇ ਕਾਨਸਟੀਚੁਸ਼ਨ ਬਣਾਉਣ ਦਾ ਕੰਮ ਵੀ ਕਰੂਗੀ। ਦ ਕਾਨਸਟੀਚੁਐਂਟ ਅਸੈਂਬਲੀ, ਨੈਕਸਟ ਕੁਐਸਚਨ ਸਾਡੇ ਕੋਲ ਹੈ, ਦ ਕਾਨਸਟੀਚੁਐਂਟ ਅਸੈਂਬਲੀ ਵਿਚ ਫਰੇਮ ਦ ਕਾਨਸਟੀਚੁਸ਼ਨ ਫਾਰ ਇੰਡੀਆ। ਹਾਂਜੀ, ਕਿਹਦਾ ਇਹਦਾ ਆਂਸਰ ਬੱਚੇ? ਬੀ, ਹਾਂ ਛੇਵੇਂ ਦਾ ਆਂਸਰ ਬੀ ਹੈ, ਛੇਵੇਂ ਦਾ ਆਂਸਰ ਬੀ ਹੈ। ਜੇ ਪੁੱਛਣਾ ਇੰਡੀਅਨ ਇੰਡੀਪੈਂਡੈਂਸ ਐਕਟ ਨੇ ਅਡੀਸ਼ਨਲ ਪਾਵਰ ਕੀ ਦਿੱਤੀ ਸੀ, ਇਹਨੇ ਕਾਨੂੰਨ ਬਣਾਉਣ ਦੀ ਲੈਜਿਸਲੇਟਿਵ ਪਾਵਰ ਵੀ ਦਿੱਤੀ ਸੀ। ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਕੱਲੀ ਕਾਨਸਟੀਚੁਐਂਟ ਕੱਲੀ ਮਤਲਬ ਕਿ ਕਾਨਸਟੀਚਿਊਸ਼ਨ ਮੇਕਿੰਗ ਪਾਵਰ ਸੀ,
ਕਿ ਤੁਸੀਂ ਆਪਣੇ ਕੰਟਰੀ ਦੇ ਲਈ ਕੌਂਸਟੀਟਿਊਸ਼ਨ ਮੇਕ ਕਰਨੀ ਹੈ, ਕੱਲੀ ਇਹਦੇ ਕੋਲ ਪਾਵਰ ਸੀ। ਤਾਂ ਨੈਕਸਟ ਕੁਐਸਚਨ, ਕੌਂਸਟੀਟਿਊਟ ਅਸੈਂਬਲੀ ਵਿਚ ਫਰੇਮਡ ਦਾ ਕੌਂਸਟੀਟਿਊਸ਼ਨ ਫਾਰ ਇੰਡੀਪੈਂਡੈਂਟ ਇੰਡੀਆ ਵਾਜ ਸੈਟ ਅਪ ਇਨ। ਦੇਖੋ ਜਿਹੜੀ ਸਾਡੇ ਕੋਲ ਕੌਂਸਟੀਟਿਊਟ ਅਸੈਂਬਲੀ ਹੈ ਜਿਹਨੇ ਫਰੀ ਇੰਡੀਆ ਦੀ ਕੌਂਸਟੀਟਿਊਸ਼ਨ ਮੇਕਿੰਗ ਕੀਤੀ ਹੈ, ਦੇਖੋ ਜਿਹੜਾ ਪਹਿਲਾ ਪਾਰਟ ਹੈ ਸਚਿਨਾਨੰਦ ਸ਼ਰਮਾ ਨੇ ਕੌਂਸਟੀਟਿਊਟ ਅਸੈਂਬਲੀ ਪਹਿਲਾਂ ਮਤਲਬ ਫਾਰਮ ਹੋਈ, ਪਹਿਲੀ ਮੀਟਿੰਗ ਜਿਹੜਾ ਸੀਗਾ ਇੰਟਰਨ ਮਤੇ ਪ੍ਰੈਜੀਡੈਂਟ ਸੀਗਾ ਸਭ ਤੋਂ ਸੀਨੀਅਰ ਬੰਦਾ ਉਹਨਾਂ ਨੇ ਚੂਜ਼ ਕਰ ਲਿਆ। ਉਸ ਤੋਂ ਬਾਅਦ ਜਿਹੜੀ ਡਾਕਟਰ ਰਜਿੰਦਰ ਪ੍ਰਸਾਦ ਜਿਹੜੇ ਸੀਗੇ ਉਹ ਤੇ ਉਹਨਾਂ ਨੇ ਚੇਅਰਮੈਨ ਜਿਹੜੇ ਸੀਗੇ ਚੇਅਰਮੈਨ ਚੂਜ਼ ਆਪਣੇ ਬਾਅਦ ਵਿੱਚ ਪ੍ਰੈਜੀਡੈਂਟ ਚੂਜ਼ ਕਰ ਲਏ ਤੇ ਉਸ ਤੋਂ ਬਾਅਦ ਬੀ ਆਰ ਅੰਬੇਦਕਰ ਜਿਹੜੀ ਸੀਗੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ। ਇਹਨਾਂ ਚ ਫਰਕ ਇਹਨਾਂ ਦੇ ਵਿੱਚ ਨਾ ਕੰਪਲੀਟ ਜਿਹੜਾ ਹੈਗਾ ਤੁਸੀਂ ਇਹ ਯਾਦ ਰੱਖਿਆ ਕਰੋ, ਠੀਕ ਹੈ। ਤੇ ਇਹਦਾ ਆਂਸਰ ਦੇਖੋ ਸਾਡੇ ਕੋਲ 1946 ਦੇ ਅੰਦਰ ਹੀ ਜਿਹੜੀ ਸਾਡੇ ਕੋਲ ਕੌਂਸਟੀਟਿਊਸ਼ਨ ਮੇਕਿੰਗ ਬਾਡੀ ਸੀ ਉਹ ਐਸਟੈਬਲਿਸ਼ ਹੋ ਗਈ ਸੀ। ਜੇ ਆਪਣਾ ਉੱਤੇ ਵੀ ਉਹਨਾਂ ਨੇ ਇੱਕ ਕੁਸ਼ਚਨ ਆਪਾਂ ਕੀਤਾ ਸੀਗਾ, ਵੈਨ ਦਾ ਕੌਂਸਟੀਟਿਊਟ ਅਸੈਂਬਲੀ ਆਫ ਦਾ ਡੋਮੀਨੀਅਨ ਆਫ ਇੰਡੀਆ ਰੀਅਸੈਂਬਲਡ ਆਨ ਦਿਸ, ਇਸ ਡੇਟ ਤੇ ਰੀਅਸੈਂਬਲ ਹੋਈ ਆ ਕੇ ਉਹ ਮਤਲਬ ਬੜੀ ਪਹਿਲਾਂ ਦੀ ਹੋਈ ਸੀਗੀ। ਨੈਕਸਟ ਕੁਐਸਚਨ, ਹੂ ਪ੍ਰਿਜ਼ਾਈਡਿਡ ਓਵਰ ਦਾ ਇਨੋਗਰਲ ਮੀਟਿੰਗ ਆਫ ਕੌਂਸਟੀਟਿਊਟ ਅਸੈਂਬਲੀ। ਤਾਂ ਕੌਂਸਟੀਟਿਊਟ ਅਸੈਂਬਲੀ ਜਿਹੜੀ ਸੀਗੀ ਉਹਦੀ ਇਨੋਗਰਲ ਮੀਟਿੰਗ, ਇਹ ਆਪਾਂ ਕੁਐਸਚਨ ਦਾ ਆਂਸਰ ਬਹੁਤ ਵਾਰ ਕਰ ਚੁੱਕੇ ਹਾਂ। ਜਿਹੜਾ ਇਹਦਾ ਸਾਡੇ ਕੋਲ ਕਿਹੜਾ ਕੀ ਆਂਸਰ ਹੈ ਜੀ, ਤੁਸੀਂ ਦੱਸੋ ਜਿਹੜਾ। ਬਿਲਕੁਲ ਕੋਈ ਇਹਦੇ ਚ ਡਾਊਟ ਵਾਲੀ ਗੱਲ ਨਹੀਂ, ਇਹਦਾ ਜਿਹੜਾ ਆਂਸਰ ਸਾਡੇ ਕੋਲ ਹੈਗਾ ਉਹ ਇਹ ਹੀ ਹੈ। ਨੈਕਸਟ ਸਾਡੇ ਕੋਲ ਹੂ ਅਮੰਗ ਦਾ ਫਾਲੋਇੰਗ ਵਾਸ ਚੇਅਰਮੈਨ ਆਫ ਡਰਾਫਟਿੰਗ ਕਮੇਟੀ ਆਫ ਇੰਡੀਅਨ ਕੌਂਸਟੀਟਿਊਸ਼ਨ। ਤੋ ਇਹ ਜਿਹੜਾ ਨਾ ਆਪਣੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਨਾਮ ਬਹੁਤ ਫੇਮਸ ਹੈ, ਹਾਂ ਉਹ ਇਸ ਚੀਜ਼ ਕਰਕੇ ਆ ਹੀ ਵਾਸ ਚੇਅਰਮੈਨ ਆਫ ਡਰਾਫਟਿੰਗ ਕਮੇਟੀ। ਪ੍ਰੈਜੀਡੈਂਟ ਜਿਹੜਾ ਸੀਗੇ ਡਾਕਟਰ ਰਜਿੰਦਰ ਪ੍ਰਸਾਦ ਵਾਸ ਇਲੈਕਟਿਡ ਪ੍ਰੈਜੀਡੈਂਟ, ਜਿਹੜੇ ਇਹ ਸੀਗੇ ਜਿਹੜਾ ਆਪਣਾ ਸਚਿਨੰਦ ਸਿਨਹਾ ਹੀ ਵਾਸ ਇਨੋਗਰਲ ਪ੍ਰੈਜੀਡੈਂਟ ਕਹਿ ਲਓ ਚਲੋ ਇਹਨਾਂ ਨੂੰ। ਤੋ ਇਹ ਚੇਅਰਮੈਨ ਸੀਗੇ ਡਰਾਫਟਿੰਗ ਕਮੇਟੀ ਦੇ। ਤੋ ਉਹਦੇ ਚ ਆਪਾਂ ਨੈਕਸਟ ਜਿਹੜਾ ਡਰਾਫਟਿੰਗ ਕਮੇਟੀ ਦੇ ਕੁਝ ਮੈਂਬਰ ਸੀ ਮੈਂ ਉਹ ਵੀ ਜਰਾ ਦੱਸਦਾ। ਅਲਾਦੀ ਕ੍ਰਿਸ਼ਨਾ ਸਵਾਮੀ ਅਯਰ, ਗੋਪਾਲਾ ਸਵਾਮੀ ਐਂਗਰ, ਡਾਕਟਰ ਕੇ ਐਮ ਮੁਨਸ਼ੀ, ਸੈਯਦ ਮੁਹੰਮਦ ਸਦਾਉਲਾ, ਮਾਧਵ ਰਾਓ ਤੇ ਕ੍ਰਿਸ਼ਨਾ ਮਚਾਰੀ। ਇਹਨਾਂ ਦੇ ਵਿੱਚੋਂ ਇੱਕ ਚੇਂਜ ਵੀ ਹੋ ਗਿਆ ਸੀਗਾ, ਤੋ ਡਿਊ ਟੂ ਸਮ ਰੀਜ਼ਨਸ ਉਹ ਜਦੋਂ ਆਪਣੇ ਆਇਆ ਕਿਤੇ ਮੈਂ ਤੁਹਾਨੂੰ ਦੱਸਦਾ। ਨੈਕਸਟ ਸਾਡੇ ਕੋਲ ਕੀ ਆ ਗਿਆ, ਹਾਉ ਲੌਂਗ ਡਿਡ ਦਾ ਕੌਂਸਟੀਟਿਊਟ ਅਸੈਂਬਲੀ ਟੇਕ ਟੂ ਫਾਈਨਲੀ ਪਾਸ ਦਾ ਕੌਂਸਟੀਟਿਊਸ਼ਨ, ਕਿੰਨਾ ਲੰਬਾ ਸਮਾਂ ਲੱਗਿਆ ਜੀ? ਨਹੀਂ ਨਹੀਂ ਹਾਂਜੀ ਵੈਭਵ ਕਿੰਨਾ ਸਰ? ਇਹਦਾ 2 ਸਾਲ 11 ਮਹੀਨੇ ਸੀਗਾ ਨਾ। ਤੇ ਇਹਨਾਂ ਚ ਕਿਹੜੀ ਕਿਹੜੀ ਆਪਸ਼ਨ ਪਿਕ ਅਪ ਕਰੋਗੇ? ਉਹਨੇ ਅਬਾਊਟ 2 ਇਅਰਸ ਕਿਹਾ, ਜੇ ਤਾਂ 2 ਸਾਲ 1 ਮਹੀਨਾ ਹੁੰਦਾ ਇਹਦਾ ਫਿਰ ਤੁਸੀਂ ਉਹਦਾ ਕੁਐਸਚਨ ਗਲਤ ਕਰੋਗੇ। ਜੇ 2 ਸਾਲ 1 ਮਹੀਨਾ ਹੁੰਦਾ ਮੰਨ ਲਓ ਫਿਰ ਅਸੀਂ ਤੁਹਾਡੇ ਵਾਲੀ ਗੱਲ ਦੇ ਉੱਤੇ ਐਗਰੀ ਕਰ ਜਾਂਦੇ, ਠੀਕ ਹੈ ਨਾ? ਇਹ ਐਕਚੁਅਲੀ ਸਾਡੇ ਕੋਲ 2 ਸਾਲ 11 ਮਹੀਨੇ ਹੈ ਕੁਛ, ਠੀਕ ਹੈ ਨਾ? 2 ਸਾਲ 11 ਮਹੀਨੇ ਅੱਗੇ ਕੁਛ ਇਸ ਤਰ੍ਹਾਂ ਦਾ ਕਰਕੇ ਹੈ, ਹਾਂ। ਤੇ ਇਹ ਸਾਡੇ ਕੋਲ ਦਿਸ ਇਜ਼ ਅਬਾਊਟ 3 ਇਅਰਸ, ਤੋ ਇਹਦੇ ਸਾਡੇ ਕੋਲ ਡੀ ਆਪਸ਼ਨ ਆਊਗੀ। ਮੈਂ ਇੱਕ ਵਾਰੀ ਚੈੱਕ ਕਰ ਲਾ ਇਹਨੂੰ ਸਰ। ਆਪਣਾ ਬਣਿਆ 26 ਨਵੰਬਰ 1949 ਨੂੰ ਸੀਗਾ, ਹਾਂ, ਲਾਗੂ 26 ਜਨਵਰੀ ਨੂੰ ਹੋਇਆ ਸੀਗਾ, ਹਾਂ ਹਾਂ ਬਿਲਕੁਲ। ਤਾਂ ਫਿਰ ਇਹ ਵੀ ਤਾਂ ਐਗਜੈਕਟਲੀ ਆ ਈਅਰ ਸਿੰਸ ਨਵੰਬਰ 26 1948। ਨਹੀਂ ਨਹੀਂ ਉਹ ਤੁਸੀਂ ਐ ਕਰੋ ਨਾ, 40 ਤੋਂ ਲਓ ਇਹਨੂੰ ਜਰਾ। ਤੁਸੀਂ ਦੇਖੋ 47 ਸਾਰਾ ਲੱਗ ਗਿਆ, ਠੀਕ ਹੈ ਨਾ? 48 ਪਾਇਆ ਨਾ ਸਟੇਟਮੈਂਟ, ਤਾਂ ਦੇਖੋ ਜ਼ਿਆਦਾ ਐਗਜੈਕਟ ਹੈ ਸਰ ਵਾਲੀ ਸਟੇਟਮੈਂਟ। ਬੀ ਆਪਸ਼ਨ ਕੀ ਕਹਿੰਦੇ ਹੋ? ਸਾਲ ਅਗਲਾ ਸਾਲ ਅਬਾਊਟ 1948 ਈਅਰ ਅੱਗੇ 48 ਹੈ ਸਰ, 47 ਨਹੀਂ ਹੈ ਜਿਹੜਾ ਆ ਸੀਗਾ। ਹਾਂਜੀ ਸਰ 48 ਹੈ ਸਰ। ਓਕੇ, ਨਾ ਨਾ ਉਹ ਉਹਨਾਂ ਨੇ ਹਾਫ ਵੇ ਰੱਦ ਕੀਤੀ ਸੀ, ਤੁਸੀਂ ਲੈ ਰਹੇ ਹੋ 26 ਇੱਕ ਮਿੰਟ, ਮੈਂ ਸਮਝ ਗਿਆ ਤੁਹਾਡੇ ਮਨ ਚ ਕੀ ਹੈ। ਤੁਸੀਂ 26/11/1949 ਕਾਊਂਟ ਕਰ ਲਿਆ ਸਿੱਧਾ, ਠੀਕ ਹੈ ਨਾ? ਤੁਸੀਂ ਇੱਥੋਂ 1 ਸਾਲ ਕਾਊਂਟ ਕਰ ਲਿਆ। ਇਹ ਜਿਹੜਾ 1 ਸਾਲ ਸੀ ਨਾ, ਇਹਦੇ ਚ ਤਾਂ ਕੌਂਸਟੀਟਿਊਸ਼ਨ ਅਡਾਪਟ ਕੀਤੀ ਸੀ ਤੇ ਉਹਦੇ ਤਕਰੀਬਨ 25% ਮੈਨੂੰ ਲੱਗਦਾ ਉਹਨਾਂ ਨੇ ਐਗਜੀਕਿਊਟ ਵੀ ਕਰਤਾ ਸੀ ਫਾਈਨਲੀ। ਉੱਤੇ ਜਿਹੜਾ ਆਹ ਵਰਡ ਹੈ ਨਾ ਫਾਈਨਲੀ ਪਾਸ ਦਾ ਕੌਂਸਟੀਟਿਊਸ਼ਨ, ਜਿਹੜਾ ਤੁਹਾਡੇ ਵਾਲਾ ਸੀ ਨਾ ਉਹ ਮਤਲਬ ਕਿ ਉਹ ਇਹਦੇ ਜਿਹੜਾ ਫਾਈਨਲੀ ਮੈਂ ਫਾਈਨਲੀ ਵਰਡ ਕਰਕੇ ਜਿਹੜਾ ਸੀ ਨਾ ਅਸੀਂ ਉਹ ਤੁਹਾਡੇ ਵਾਲਾ ਪਾਰਟ ਹੈ ਜਿਹੜਾ ਉਹਨੂੰ ਓਵਰਲੁੱਕ ਕੀਤਾ, ਠੀਕ ਹੈ ਨਾ? ਤੋ ਨੈਕਸਟ, ਹੂ ਵਾਸ ਦਾ ਪ੍ਰੈਜੀਡੈਂਟ ਆਫ ਕੌਂਸਟੀਟਿਊਟ ਅਸੈਂਬਲੀ? ਇਹ ਤਾਂ ਹੁਣ ਬਹੁਤ ਵਾਰ ਹੋ ਚੁੱਕਿਆ, ਤੁਹਾਨੂੰ ਸਭ ਨੂੰ ਆਂਸਰ ਕਰਨਾ ਚਾਹੀਦਾ। ਕੌਂਸਟੀਟਿਊਟ ਅਸੈਂਬਲੀ ਦਾ ਪ੍ਰੈਜੀਡੈਂਟ ਕੌਣ ਸੀ ਇਹਨਾਂ ਚੋਂ? ਮੈਂ ਇੰਨੀ ਵਾਰ ਤਾਂ ਦੱਸਿਆ ਡਾਕਟਰ ਰਜਿੰਦਰ ਪ੍ਰਸਾਦ। ਅੱਛਾ, ਤੇ ਤੁਸੀਂ ਬਾਕੀਆਂ ਨੂੰ ਕਿਉਂ ਨੀ ਲੱਗਿਆ ਪਤਾ ਬਈ? ਬੀ ਡਾਕਟਰ ਰਜਿੰਦਰ ਪ੍ਰਸਾਦ, ਠੀਕ ਹੈ ਨਾ? ਤੋ ਇਟ ਇਜ਼ ਡਾਕਟਰ ਰਜਿੰਦਰ ਪ੍ਰਸਾਦ। ਪਹਿਲਾਂ ਦੁਬਾਰਾ ਮੈਂ ਦੱਸ ਦਿੰਦਾ, ਇੰਟਰਿਮ
ਵਿਦਆਊਟ ਇਲੈਕਸ਼ਨ ਸਭ ਤੋਂ ਸੀਨੀਅਰ ਬੰਦਾ ਸਰਜੀਤ ਆਨੰਦ ਸਿਨਹਾ ਸੀ ਪਹਿਲਾਂ ਤਾਂ ਹਾਂ ਹਾਂ ਪਹਿਲਾਂ ਉਹ ਸੀਗਾ ਬਟ ਦੈਟ ਵਾਸ ਇਹ ਥੋੜਾ ਜਿਹਾ ਉਹ ਟੈਰਰਿਸਟ ਆ ਨਹੀਂ ਇਹਨੇ ਵੀ ਇਹਦੇ ਆਨਸਰ ਚ ਵੀ ਥੋੜੀ ਜੀ ਇੱਕ ਦੇਖੋ ਜੇ ਤਾਂ ਸਾਡੇ ਕੋਲੇ ਸਚਿਨ ਆਨੰਦ ਸ਼ਰਮਾ ਹੁੰਦਾ ਫਿਰ ਤਾਂ ਕਨਫਿਊਜ਼ਨ ਹੁੰਦਾ ਸਾਨੂੰ ਦੋਹਾਂ ਦੇ ਵਿੱਚ ਤੇ ਜਿਹੜਾ ਸਚਿਨ ਆਨੰਦ ਸ਼ਰਮਾ ਚ ਵੀ ਇੱਕ ਚੀਜ਼ ਤੁਸੀਂ ਚੇਤਾ ਰੱਖਣੀ ਹੈ ਕਿ ਸਚਿਨ ਆਨੰਦ ਸ਼ਰਮਾ ਨਾ ਜਿਹੜਾ ਸਾਡੇ ਕੋਲੇ ਔਰ ਬੇਸਿਕਲੀ ਅਸੀਂ ਇੰਟਾਇਰਿੰਗ ਜਾਂ ਨਾਨ ਇਲੈਕਟਿਡ ਇਸ ਤਰ੍ਹਾਂ ਵੀ ਕਰਮ ਆਪਾਂ ਉਹਦੇ ਵਿੱਚ ਮਤਲਬ ਕਿ ਯੂਜ਼ ਕਰਦੇ ਹਾਂ ਤੇ ਚਲੋ ਜਾਓ ਮੈਂ ਜਿਹੜਾ ਅਗਲਾ ਕੁਐਸਚਨ ਪਿਕਅਪ ਕਰਾਂ ਦਾ ਡਿਮਾਂਡ ਫਾਰ ਦਾ ਕੌਂਸਟੀਟਿਊਂਟ ਅਸੈਂਬਲੀ ਵਾਸ ਪੁੱਟ ਫਾਰਵਰਡ ਬਾਈ ਇੰਡੀਅਨ ਨੈਸ਼ਨਲ ਕਾਂਗਰਸ ਇਨ 1936 ਐਟ ਇਟਸ ਸੈਸ਼ਨ ਹੈਲਡ ਐਟ 1936 ਦੇ ਵਿੱਚ ਜਿਹੜਾ ਸਾਡੇ ਕੋਲ ਕੌਂਸਟੀਟਿਊਂਟ ਅਸੈਂਬਲੀ ਦਾ ਸੈਸ਼ਨ ਦੇਖੋ ਇਹਦੇ ਚ ਕੀ ਸੀਗਾ ਪਹਿਲਾਂ ਤਾਂ ਕਿਸੇ ਇੰਡੀਵਿਜੁਅਲ ਨੇ ਕੌਂਸਟੀਟਿਊਸ਼ਨ ਮੇਕਿੰਗ ਦੀ ਜਿਹੜੀ ਸੀ ਨਾ ਡਿਮਾਂਡ ਕੌਂਸਟੀਟਿਊਂਟ ਅਸੈਂਬਲੀ ਦੀ ਡਿਮਾਂਡ ਕਿਸੇ ਇੰਡੀਵਿਜੁਅਲ ਨੇ ਪੁੱਟਅਪ ਕੀਤੀ ਸੀ ਬੋਂਬੇ ਦਾ ਸੀ ਉਹ ਸ਼ਾਇਦ ਬੀ ਐਨ ਰਾਓ ਹੀ ਸੀਗਾ ਤੇ ਉਹਨੇ ਕਾਂਗਰਸ ਤੋਂ ਵੀ ਪਹਿਲਾਂ ਮਤਲਬ ਕਿ ਇਹ ਡਿਮਾਂਡ ਪੁੱਟ ਕਰਤੀ ਸੀ ਲੇਕਿਨ ਫਿਰ ਜਿਹੜਾ ਇਹ ਸਾਡੇ ਕੋਲੇ ਫਿਰ ਕਾਂਗਰਸ ਨੇ ਇੱਕ ਸਪੈਸ਼ਲ ਸੈਸ਼ਨ ਦੇ ਵਿੱਚ ਇਹੀ ਡਿਮਾਂਡ ਰੱਖੀ ਸੀ ਸਾਡੇ ਕੋਲੇ ਤੋ ਇਟ ਵਾਸ ਇਨ ਲਖਨਊ ਸੈਸ਼ਨ ਤੋ ਇਹ ਜਿਹੜੀ ਸਾਡੇ ਕੋਲੇ ਡਿਮਾਂਡ ਸੀ ਇਹ ਸਾਡੇ ਕੋਲੇ ਲਖਨਊ ਸੈਸ਼ਨ ਚ ਰੱਖੀ ਗਈ ਸੀ ਮੈਂ ਜਿਹੜਾ ਤੁਹਾਡੇ ਦਿਮਾਗ ਚ ਕਾਂਗਰਸ ਦੇ ਸੈਸ਼ਨ ਲਿਆਦਾ ਤੇ ਸਾਡੇ ਕੋਲੇ ਦੇਖੋ ਜੀ 1936 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਮਤਲਬ ਪ੍ਰੈਜ਼ੀਡੈਂਟ ਸੀਗੇ ਉਸ ਸੈਸ਼ਨ ਦੇ ਤੇ ਇਹਨਾਂ ਨੇ ਜਿਹੜੀ ਇਹਦੇ ਵਿੱਚ ਡਿਮਾਂਡ ਰੱਖੀ ਸੀ ਜਿਹਦੀ ਆਪਾਂ ਹੁਣ ਗੱਲ ਕਰਕੇ ਹਟੇ ਹਾਂ ਤੋ ਨੈਕਸਟ ਕੁਐਸਚਨ ਮੈਂ ਪਿਕਅਪ ਕਰਾਂ ਤਾਂ ਕੌਂਸਟੀਟਿਊਂਟ ਅਸੈਂਬਲੀ ਇਹ ਕੁਐਸਚਨ ਅਸੀਂ ਜਿਹੜਾ ਪਹਿਲਾਂ ਵੀ ਆਇਆ ਹੋਇਆ ਤੇ ਬੜਾ ਹੀ ਸੌਖਾ ਕੁਐਸਚਨ ਹੈ ਜਿਹੜਾ ਜਿਹਦੀ ਆਪਾਂ ਗੱਲ ਕਰਦੇ ਸੀਗੇ ਦਾ ਕੌਂਸਟੀਟਿਊਂਟ ਅਸੈਂਬਲੀ ਅਰਾਈਵਡ ਐਟ ਡਿਸੀਜ਼ਨ ਔਨ ਵੇਰੀਅਸ ਪ੍ਰੋਵੀਜ਼ਨਸ ਆਫ ਦਾ ਕੌਂਸਟੀਟਿਊਸ਼ਨ ਦੱਸੋ ਜੀ ਇਹਦਾ ਕੀ ਆਨਸਰ ਹੈ ਕੰਸੈਂਸਸ ਬਿਲਕੁਲ ਕੰਸੈਂਸਸ ਤੁਸੀਂ ਇੱਕ ਗੱਲ ਆ ਉਦੋਂ ਦੇ ਟਾਪ ਲੈਵਲ ਦੇ ਪੋਲੀਟੀਕਲ ਲੀਡਰਸ ਦੇ ਵਿਚਕਾਰ ਸੈਂਸ ਆਫ ਰਿਸਪੋਂਸਿਬਿਲਟੀ ਦੇ ਉੱਤੇ ਜੇ ਆਪਾਂ ਸੋਚੀਏ ਤਾਂ ਦੇ ਹੈਵ ਗੋਟ ਗ੍ਰੇਟ ਸੈਂਸ ਆਫ ਰਿਸਪੋਂਸਿਬਿਲਟੀ ਆਪਸ ਚ ਉਹਨਾਂ ਦੇ ਬੜੇ ਪਰਸਨਲ ਡਿਫਰੈਂਸਿਸ ਬੜੇ ਸ਼ਾਰਪ ਪਰਸਨਲ ਡਿਫਰੈਂਸਿਸ ਹੁੰਦੇ ਸੀ ਤੇ ਖਾਸ ਕਰਕੇ ਜਿਹੜੇ ਨਹਿਰੂ ਤੇ ਪਟੇਲ ਦੇ ਵਿਚਕਾਰ ਡਿਸਪਾਈਟ ਆਲ ਦੋਜ਼ ਪਰਸਨਲ ਡਿਫਰੈਂਸਿਸ ਉਹਨਾਂ ਨੇ ਕਦੇ ਸਰਕਾਰ ਲੈਕਡਾਊਨ ਨਹੀਂ ਕੀਤੀ ਆਪਣੀ ਕਦੇ ਵੀ ਦਾ ਡਿਮਾਂਡ ਫਾਰ ਦਾ ਕੌਂਸਟੀਟਿਊਂਟ ਅਸੈਂਬਲੀ ਵਾਸ ਪੁੱਟ ਫਾਰਵਰਡ ਬਾਈ ਦਿਸ ਚਲੋ ਇਹਦਾ ਤਾਂ ਸਾਡੇ ਕੋਲੇ ਸੀ ਲਖਨਊ ਸੈਸ਼ਨ ਹੋ ਗਿਆ ਤੋ ਇਹਦਾ ਸਾਡੇ ਕੋਲੇ ਕੰਸੈਂਸਸ ਹੋ ਗਿਆ ਹੁਣ ਮੈਂ ਅਗਲਾ ਕੁਐਸਚਨ ਦਾ ਮੋਸਟ ਪ੍ਰੋਫਾਊਂਡ ਇਨਫਲੂਐਂਸ ਦੇਖੋ ਦਾ ਮੋਸਟ ਪ੍ਰੋਫਾਊਂਡ ਇਨਫਲੂਐਂਸ ਔਨ ਦਾ ਡਰਾਫਟਿੰਗ ਆਫ ਇੰਡੀਅਨ ਕੌਂਸਟੀਟਿਊਸ਼ਨ ਵਾਸ ਐਕਸਰਸਾਈਜ਼ ਬਾਈ ਬਹੁਤ ਸੌਖਾ ਕੁਐਸਚਨ ਹੈ ਮੈਂ ਬਹੁਤ ਵਾਰ ਤੁਹਾਨੂੰ ਲੈਕਚਰ ਚ ਬੋਲਿਆ US ਕੌਂਸਟੀਟਿਊਸ਼ਨ ਬ੍ਰਿਟਿਸ਼ ਕੌਂਸਟੀਟਿਊਸ਼ਨ ਗਵਰਨਮੈਂਟ ਆਫ ਇੰਡੀਆ ਐਕਟ 1935 ਤੇ ਫ੍ਰੈਂਚ ਆਈਡੀਅਲਸ ਆਫ ਲਿਬਰਟੀ ਐਂਡ ਫਰੈਟਰਨਿਟੀ ਸਰ ਆਪਣਾ ਡਰਾਫਟਿੰਗ 1935 ਵਾਲਾ ਬਹੁਤ ਯੂਜ਼ ਕੀਤਾ ਸਰ ਆਪਾਂ ਬਿਲਕੁਲ ਡੈਫੀਨੇਟਲੀ ਆਪਣੇ ਜਿਹੜੇ 395 ਪਹਿਲਾਂ ਆਰਟੀਕਲ ਸੀ ਟੋਟਲ 395 ਆਰਟੀਕਲਾਂ ਦੇ ਵਿੱਚੋਂ 255 ਆਰਟੀਕਲ ਗਵਰਨਮੈਂਟ ਆਫ ਇੰਡੀਆ ਐਕਟ 1935 ਚੋਂ ਐਜ਼ ਇਟ ਇਜ਼ ਲੈ ਗਏ ਹੁਣ ਇੱਥੇ ਦੁਆਰੇ ਮੈਂ ਥੋੜਾ ਜਿਹਾ ਤੁਹਾਡੇ ਅੱਗੇ ਗੱਲ ਕੰਪਲੀਟ ਕਰਾਂ ਤੇ ਉਦੋਂ ਬਾਅਦ ਦੇਖੋ ਸਭ ਤੋਂ ਪਹਿਲਾਂ ਸਾਡੇ ਕੋਲ ਗਵਰਨਮੈਂਟ ਆਫ ਇੰਡੀਆ ਐਕਟ 1919 ਆਇਆ ਇਹ ਮੈਂ ਤੁਹਾਨੂੰ ਪੜਾਇਆ ਹੋਇਆ ਪੂਰਾ ਉਹਨੇ ਇੰਡੀਆ ਦੇ ਵਿੱਚ ਪਾਰਸ਼ੀਅਲ ਡੈਮੋਕ੍ਰੇਸੀ ਜਿਸ ਤਰ੍ਹਾਂ ਟ੍ਰਾਂਸਫਰ ਸਬਜੈਕਟ ਤੇ ਮਤਲਬ ਕਿ ਨਾਨ ਟ੍ਰਾਂਸਫਰ ਸਬਜੈਕਟ ਟ੍ਰਾਂਸਫਰ ਤੇ ਰਿਜ਼ਰਵ ਸਬਜੈਕਟਸ ਦਾ ਇਸ਼ੂ ਆਇਆ ਇਹਦੇ ਗਵਰਨਮੈਂਟ ਆਫ ਇੰਡੀਆ ਐਕਟ ਚ ਇਹ ਸੀਗਾ ਕਿ ਅਸੀਂ 10 ਸਾਲ ਬਾਅਦ ਮਤਲਬ ਕਿ 1929 ਦੇ ਵਿੱਚ ਇਹਦੀ ਫੰਕਸ਼ਨਿੰਗ ਦੇ ਉੱਤੇ ਕਮਿਸ਼ਨ ਬਿਠਾਉਣਾ ਉਸ ਵੇਲੇ ਉੱਥੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ ਤੇ ਲੇਬਰ ਪਾਰਟੀ ਤੋਂ ਉਹਨਾਂ ਨੂੰ ਬੜਾ ਡਰ ਸੀਗਾ ਇੰਗਲੈਂਡ ਦੇ ਵਿੱਚ ਲੇਬਰ ਪਾਰਟੀ ਕਮਿਊਨਿਸਟ ਸੀ ਥੋੜਾ ਜਿਹਾ ਇੰਡੀਆ ਦੀ ਇੰਡੀਪੈਂਡੈਂਸ ਨੂੰ ਸਪੋਰਟ ਕਰਦੀ ਸੀ ਤੋ ਇਹਨਾਂ ਦੇ ਦਿਮਾਗ ਚ ਕੀ ਆਇਆ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇਹ ਕੋਈ ਵੱਡੀਆਂ ਕਨਸੈਸ਼ਨ ਨਾ ਦੇਵੇ ਲੇਬਰ ਪਾਰਟੀ ਉਹਨਾਂ ਨੇ 10 ਸਾਲ ਪੂਰੇ ਹੋਣ ਤੋਂ ਪਹਿਲਾਂ 1927 ਦੇ ਵਿੱਚ ਹੀ ਸਾਈਮਨ ਕਮਿਸ਼ਨ ਬਿਠਾਤਾ ਸਾਈਮਨ ਕਮਿਸ਼ਨ ਨੇ ਰਿਕਮੈਂਡੇਸ਼ਨ ਦਿੱਤੀ ਸਾਈਮਨ ਕਮਿਸ਼ਨ ਨੇ ਇੱਕ ਰਿਕਮੈਂਡੇਸ਼ਨ ਇਹ ਵੀ ਦਿੱਤੀ ਸੀ ਕਿ ਬਰਮਾ ਨੂੰ ਇੰਡੀਆ ਨਾਲੋਂ ਅਲੱਗ ਕਰ ਦੋ ਜਿਹਨੂੰ ਆਪਾਂ ਮਾਇਆ ਮਾਰ ਕਹਿੰਦੇ ਹਾਂ ਇਹ ਇੰਡੀਆ ਦਾ ਹਿੱਸਾ ਬਣਨਾ ਸੀ ਤੇ ਚਲੋ ਮੈਂ ਅੱਗੇ ਵਧਾਂ ਇਹਨੇ ਜੋ ਕੁਛ ਰਿਕਮੈਂਡ ਕੀਤਾ ਉਹਦੇ ਆਧਾਰ ਦੇ ਉੱਤੇ 3 ਰਾਊਂਡ ਟੇਬਲ ਕਾਨਫਰੰਸ ਹੋਈਆਂ ਤਿੰਨੇ ਰਾਊਂਡ ਟੇਬਲ ਕਾਨਫਰੰਸ ਇੰਡੀਅਨ ਲੀਡਰ ਆਪਸ ਲੜਦੇ ਹੀ ਰਹੇ ਕੋਈ ਕੰਟਰੀਬਿਊਸ਼ਨ ਨਹੀਂ ਕਰ ਪਾਏ ਠੀਕ ਹੈ ਨਾ ਮਤਲਬ ਕਿ ਜਾਂ ਉਹਨਾਂ ਦੀ ਕੰਟਰੀਬਿਊਸ਼ਨ ਲਿਮਿਟਿਡ ਸੀ ਤੇ ਉਸ ਤੋਂ ਬਾਅਦ ਇਹ ਰਾਊਂਡ ਟੇਬਲ ਕਾਨਫਰੰਸ ਦੇ ਆਧਾਰ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਐਕਟ 1935 ਆਇਆ ਜਿਹੜਾ ਕਿ ਬੜਾ ਜਸਟਫੁਲ ਐਕਟ ਸੀਗਾ ਮਤਲਬ ਕਿ ਇਹ ਇੰਨਾ ਵਧੀਆ ਐਕਟ ਸੀ ਕਿ 255 ਆਰਟੀਕਲ ਇਹਦੇ 150 ਤਾਂ ਕਾਪੀ ਕੱਟ ਪੇਸਟ ਕਰਤੇ ਸਿੱਧੇ 105 ਆਰਟੀਕਲ ਵਿਦ ਸਮ ਮੋਡੀਫਿਕੇਸ਼ਨ ਐਜ਼ ਇਟ ਇਜ਼ ਪਿਕਅਪ ਕੀਤੇ ਤੇ ਜੇ ਅਸੀਂ 400 ਦਾ 60% ਤੋਂ ਉੱਤੇ 61-62% ਸਾਡੀ ਕੌਂਸਟੀਟਿਊਸ਼ਨ ਹੈ ਗਵਰਨਮੈਂਟ ਆਫ ਇੰਡੀਆ ਐਕਟ ਦੇ ਉੱਤੇ ਬੇਸਡ ਹੈ ਇਹ ਸਾਰਾ ਹਾਈਲਾਈਟ ਕਰਦੀ ਹੈ ਸਾਈਮਨ ਕਮਿਸ਼ਨ ਦੀ ਕੰਟਰੀਬਿਊਸ਼ਨ ਰਾਊਂਡ ਟੇਬਲ ਕਾਨਫਰੰਸਿਸ ਦੀ ਜਿਨ੍ਹਾਂ ਬੰਦਿਆਂ ਨੇ ਕੰਮ ਕੀਤਾ ਜਿਨ੍ਹਾਂ ਦੇ ਆਪਾਂ ਨੂੰ ਹੋ ਸਕਦਾ ਨਾਂ ਵੀ ਨਾ ਪਤਾ ਹੋਣ ਜਿਨ੍ਹਾਂ ਨੇ ਆਰਟੀਕਲ ਡਰਾਫਟ ਕੀਤੇ ਸਾਰੇ ਉੱਥੋਂ ਦੀ ਜਿਹੜੀ ਬਿਊਰੋਕ੍ਰੇਸੀ ਨੇ ਤੇ ਚਲੋ ਇਹ ਮੈਂ ਤਾਂ ਦੱਸਣਾ ਚਾਹੁੰਦਾ ਸੀ ਤੁਸੀਂ ਕਿਤੇ ਐਵੇਂ ਨਾ ਸਮਝ ਲਓ ਅੰਗਰੇਜ਼ਾਂ ਨੂੰ ਜਾਂ ਉਹਨਾਂ ਦੀ ਕੰਟਰੀਬਿਊਸ਼ਨ ਸਾਡੇ ਦੇਸ਼ ਚ ਬਹੁਤ ਜ਼ਿਆਦਾ ਸੀ ਪੋਜ਼ਿਟਿਵ ਵੀ ਤੇ ਨੈਗੇਟਿਵ ਵੀ ਹੁਣ ਆਪਾਂ ਅਗਲੇ ਪਾਰਟ ਤੇ ਚੱਲੀਏ ਹੁਣ ਆ ਸਾਡੇ ਕੋਲ ਕੁਐਸਚਨ ਹੈ ਇੱਕ ਆਪਾਂ ਇਹਨਾਂ ਦੀ ਮੈਚਿੰਗ ਕਰਨੀ ਆ ਆਪਸ ਚ
ਡਰਾਫਟਿੰਗ ਕਮੇਟੀ ਨਾਲ ਕੌਣ ਮੈਚ ਹੋਊਗਾ ਬੋਲੋ? ਇਹਦੇ ਨਾਲ ਬਹੁਤ ਸੌਖਾ ਹੈ। ਇਹਦੇ ਨਾਲ ਤਾਂ ਸਾਡੇ ਕੋਲ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀਗਾ? ਬਿਲਕੁਲ, ਇਹਦੇ ਨਾਲ 4 ਆ ਗਿਆ। ਇਹਦਾ ਮਤਲਬ ਪਹਿਲੇ ਵਾਲਾ ਗਲਤ ਹੈ, ਆਹ ਬਾਹਰ ਹੋ ਗਿਆ, ਪਹਿਲੇ ਵਾਲਾ ਬਾਹਰ ਹੋ ਗਿਆ। ਠੀਕ ਹੈ, ਹੁਣ ਕਮੇਟੀ ਔਨ ਫੰਡਾਮੈਂਟਲ ਐਂਡ ਮਾਈਨੋਰਟੀ ਰਾਈਟਸ, ਯੂਨੀਅਨ ਕਨਸਟੀਟਿਊਸ਼ਨ। ਹੁਣ ਇਹ ਸਾਰੀਆਂ ਜਿਹੜੀਆਂ ਕਮੇਟੀਆਂ ਸਾਡੇ ਕੋਲ ਬਹੁਤ ਇੰਪੋਰਟੈਂਟ ਹੈ। ਯੂਨੀਅਨ ਕਨਸਟੀਟਿਊਸ਼ਨ ਕਮੇਟੀ ਦਾ ਆਪਾਂ ਕੱਲ ਵੀ ਪੜਿਆ ਸੀ, ਪੰਡਿਤ ਜਵਾਹਰ ਲਾਲ ਨਹਿਰੂ ਸੀ। ਦੇਖੋ, ਸੀ ਦਾ ਸਾਡੇ ਕੋਲ 2 ਸੀਗਾ, ਤੋ C2 ਸਾਡੇ ਕੋਲ ਕਿੱਥੇ ਆਇਆ? ਆ, ਇਹਦਾ ਮਤਲਬ ਇਹਦੀ ਆਪਸ਼ਨ ਡੀ ਆ ਗਈ। ਹੁਣ ਮਾੜਾ ਦੇਖ ਲਈਏ, ਬੀ ਦਾ 1 ਬੰਦਾ ਫੰਡਾਮੈਂਟਲ ਐਂਡ ਮਾਈਨੋਰਟੀ ਰਾਈਟਸ ਦੇ, ਵੱਲਭ ਭਾਈ ਪਟੇਲ। ਇਹ ਮੈਨੂੰ ਥੋੜਾ ਇਹ ਲੱਗਦਾ ਗਲਤ ਮਾਰ ਗਿਆ, ਮੈਂ ਤੁਹਾਨੂੰ ਦੱਸਦਾ ਹੁਣ। ਠੀਕ ਹੈ ਨਾ, ਤੋ B1 ਆ ਗਿਆ, D3। D ਕਿਹੜਾ ਸੀਗਾ? ਵਰਕਿੰਗ ਕਮੇਟੀ, ਵਰਕਿੰਗ ਕਮੇਟੀ ਦਾ ਮੁਨਸ਼ੀ। ਇਹ ਤਾਂ ਠੀਕ ਹੈ, ਠੀਕ ਹੈ, ਭਲਈਆ ਲਾਲ ਮੁਨਸ਼ੀ। ਲਓ ਹੁਣ ਮੈਂ ਤੁਹਾਨੂੰ ਨਾ ਨੋਟ ਕਰ ਲੈਣਾ, ਕਾਫੀ ਪਹਿਲਾਂ ਲੈ ਕੇ ਨੋਟ ਕਰ ਲਓ, ਮੈਂ ਸਾਰੇ ਨੋਟ ਕਰਾ ਦਿੰਦਾ, ਇੱਕ ਵਾਰੀ ਮੈਂ ਬੋਲ ਦਿੰਦਾ। ਤੋ ਜਿਹੜੀ ਸਭ ਤੋਂ ਪਹਿਲੀ ਗੱਲ ਤਾਂ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਜਿਹੜੇ ਸਾਰੇ ਗਿਵਨ ਐਸਰ ਲਕਸ਼ਮੀਕਾਂਤ ਦੇ ਸਾਰੇ। ਹਾਂਜੀ, ਲਕਸ਼ਮੀਕਾਂਤ ਚ ਸਾਰੇ ਗਿਵਨ ਐਸਰ ਕਮੇਟੀਜ਼ ਦੇ ਚੇਅਰਮੈਨ ਨਹੀਂ? ਆ ਮੈਂ ਨਹੀਂ, ਮੈਂ ਤੁਹਾਨੂੰ ਸਾਹਮਣੇ ਤੁਹਾਡੇ ਹੁਣ ਰੀਡ ਆਊਟ ਹੀ ਕਰ ਰਿਹਾ, ਮੇਰੇ ਕੋਲ ਸਾਈਡ ਤੇ ਬੁੱਕ ਖੁੱਲੀ ਹੋਈ ਆ। ਡਰਾਫਟਿੰਗ ਕਮੇਟੀ ਦੇ ਜਿਹੜੇ ਮੈਂਬਰ ਸੀਗੇ, ਅਲਾਦੀ ਕ੍ਰਿਸ਼ਨਾ ਸਵਾਮੀ ਅਈਆ, ਐਨ ਗੋਪਾਲਾ ਸਵਾਮੀ ਐਂਗਾ, KM ਮੁਨਸ਼ੀ, ਸੈਯਦ ਮੁਹੰਮਦ ਸਦਾਉਲਾ, ਮਾਧੋ ਰਾਓ ਤੇ TT ਕ੍ਰਿਸ਼ਨਾ ਮਚਾਰੀ। ਇਹ ਕਮੇਟੀ ਦੇ ਇਹਨਾਂ ਦੇ ਮੈਂਬਰ ਸੀ ਤੇ ਚੇਅਰਮੈਨ ਸੀਗੇ ਡਾਕਟਰ BR ਅੰਬੇਦਕਰ, ਜਿਨ੍ਹਾਂ ਨੂੰ ਆਪਾਂ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਹਿੰਦੇ ਹਾਂ। ਡਾਕਟਰ BR ਅੰਬੇਦਕਰ ਦੀ ਖਾਸੀਅਤ ਇਹ ਸੀ ਕਿ ਜਿਹੜੇ BR ਅੰਬੇਦਕਰ ਸੀਗੇ, ਇਹਨਾਂ ਨੂੰ ਅਮੈਰੀਕਨ ਲਾਅ ਵੀ ਪਤਾ ਸੀਗਾ ਤੇ ਬ੍ਰਿਟਿਸ਼ ਲਾਅ ਵੀ ਪਤਾ ਸੀ। ਆਪਣੇ ਜਿੰਨੇ ਜ਼ਿਆਦਾਤਰ ਬੰਦੇ ਪੜ੍ਹੇ ਲਿਖੇ ਸੀਗੇ, ਇਹਨਾਂ ਨੂੰ ਬ੍ਰਿਟਿਸ਼ ਲਾਅ ਜ਼ਿਆਦਾ ਪਤਾ ਸੀ, ਅਮੈਰੀਕਨ ਲਾਅ ਘੱਟ ਪਤਾ ਸੀ। ਤੋ ਇਸ ਕਰਕੇ ਡਾਕਟਰ BR ਅੰਬੇਦਕਰ ਵਾਸ ਫਾਊਂਡ ਟੂ ਬੀ ਮੋਸਟ ਸੂਟੇਬਲ। ਇੱਕ ਫਲੈਗ ਕਮੇਟੀ ਸੀ, ਇਹਦੇ ਜਿਹੜੇ ਸੀਗੇ ਚੇਅਰਮੈਨ ਸੀਗੇ JB ਕ੍ਰਿਪਲਾਨੀ। ਯੂਨੀਅਨ ਕਨਸਟੀਟਿਊਸ਼ਨ ਕਮੇਟੀ ਦੇ ਪੰਡਿਤ ਜਵਾਹਰ ਲਾਲ ਨਹਿਰੂ। ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਪੱਕਾ ਯਾਦ ਰੱਖ ਲਓ, ਸਟੇਟਸ ਦੀ ਇੰਟੈਗਰੇਸ਼ਨ ਸਰਦਾਰ ਵੱਲਭ ਭਾਈ ਪਟੇਲ ਨੇ ਕੀਤੀ ਸੀ। ਤੋ ਇਹਦਾ ਮਤਲਬ ਸਿੱਧਾ ਸਾਡੇ ਕੋਲ ਕੁਐਸਚਨ ਆ ਗਿਆ ਕਿ ਪ੍ਰੋਵਿੰਸ਼ੀਅਲ ਜਿੱਥੇ ਸਟੇਟਸ ਆ ਜਾਏ, ਪ੍ਰੋਵਿੰਸ ਦਾ ਮਤਲਬ ਸੂਬਾ ਜਾਂ ਸਟੇਟ ਹੁੰਦਾ। ਸਰਦਾਰ ਵੱਲਭ ਭਾਈ ਪਟੇਲ, ਯੂਨੀਅਨ ਪਾਵਰ ਕਮੇਟੀ, ਇਹਦੇ ਚ ਪੰਡਿਤ ਜਵਾਹਰ ਲਾਲ ਨਹਿਰੂ। ਕਮੇਟੀ ਔਨ ਫੰਡਾਮੈਂਟਲ ਰਾਈਟਸ ਐਂਡ ਮਾਈਨੋਰਟੀਜ਼, ਬਿਲਕੁਲ ਦਰੁਸਤ ਹੈ, ਇਹਦੇ ਤੇ ਸਾਡੇ ਕੋਲ ਵੱਲਭ ਭਾਈ ਪਟੇਲ ਸੀਗੇ। ਸਪੈਸ਼ਲ ਕਮੇਟੀ ਟੂ ਐਗਜ਼ਾਮਿਨ ਡਰਾਫਟ ਆਫ ਕਨਸਟੀਟਿਊਸ਼ਨ, ਇਹਦੇ ਚ AK ਅਈਅਰ, ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ, ਫਾਈਨਾਂਸ ਐਂਡ ਸਟਾਫ ਕਮੇਟੀ ਡਾਕਟਰ ਰਜਿੰਦਰ ਪ੍ਰਸਾਦ, ਅਡਹਾਕ ਕਮੇਟੀ ਔਨ ਸੁਪਰੀਮ ਕੋਰਟ, ਇਹਦੇ ਚ ਸਾਡੇ ਸੀਗੇ ਵਰਦਾਚਾਰੀਆ, ਅਡਹਾਕ ਕਮੇਟੀ ਔਨ ਨੈਸ਼ਨਲ ਫਲੈਗ ਡਾਕਟਰ ਰਜਿੰਦਰ ਪ੍ਰਸਾਦ, ਕਮੇਟੀ ਔਨ ਚੀਫ ਕਮਿਸ਼ਨਰ ਪ੍ਰੋਵਿੰਸਸ ਪ੍ਰਤਾਪੀ ਸੀਤਾਰਮਈਆ। ਤੋ ਇਹ ਸਾਡੇ ਕੋਲ ਮੇਨ ਜਿਹੜੇ ਕਮੇਟੀ ਦੇ ਇਹਨਾਂ ਦੇ ਮੈਂਬਰ ਸੀਗੇ। ਤੋ ਨੈਕਸਟ ਆਪਾਂ ਕੁਸ਼ਚਨ ਜਿਹੜਾ ਪਿਕਅਪ ਕਰੀਏ, ਇਹ IAS ਦਾ ਕੁਸ਼ਚਨ ਹੈ 2004 ਦਾ। ਵਿਚ ਵਨ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ? ਦ ਕੰਸਟੀਟਿਊਟ ਅਸੈਂਬਲੀ ਆਫ ਇੰਡੀਆ ਵਾਜ਼ ਇਲੈਕਟਡ ਬਾਈ ਪ੍ਰੋਵਿੰਸ਼ੀਅਲ ਅਸੈਂਬਲੀਜ਼ ਇਨ ਈਅਰ 1946। ਜਵਾਹਰ ਲਾਲ ਨਹਿਰੂ, ਮੁਹੰਮਦ ਅਲੀ ਜਨਾਹ, ਵੱਲਭ ਭਾਈ ਪਟੇਲ ਵਰ ਦ ਮੈਂਬਰਸ ਆਫ ਕੰਸਟੀਟਿਊਟ ਅਸੈਂਬਲੀ ਆਫ ਇੰਡੀਆ। ਦ ਫਸਟ ਸੈਸ਼ਨ ਆਫ ਕੰਸਟੀਟਿਊਟ ਅਸੈਂਬਲੀ ਵਾਜ਼ ਹੈਲਡ ਇਨ, ਆਹ ਤਾਂ ਗਲਤ ਹੈ ਸਿੱਧਾ। ਦ ਕੰਸਟੀਟਿਊਸ਼ਨ ਆਫ ਇੰਡੀਆ ਵਾਜ਼ ਅਡਾਪਟਿਡ, ਅਡਾਪਟ ਤਾਂ ਪਹਿਲਾਂ ਹੀ ਹੋ ਗਈ ਜੀ। ਇਹਦਾ ਆਂਸਰ ਏ ਤੇ ਬੀ ਦੇ ਵਿਚਕਾਰ ਕੰਪੀਟੀਸ਼ਨ ਹੈ, ਮੈਂ ਇਹਨਾਂ ਨੂੰ ਦੁਬਾਰਾ ਤੁਹਾਨੂੰ ਮਾੜਾ ਜਿਹਾ ਦੱਸਦਾ। ਠੀਕ ਹੈ, ਤੋ ਇਹ ਸਾਡੇ ਕੋਲ ਸੀਗਾ 26/11/1900, ਇਹ ਆਪਣੇ ਕੋਲ 49 ਸੀਗਾ ਜਿਹੜਾ ਆ ਸੀਗਾ, ਅਡੋਪਟ ਤਾਂ ਅਸੀਂ ਉਦੋਂ ਹੀ ਕਰ ਲਈ ਸੀ, ਪਹਿਲੇ ਗਿਵ ਯਾਰ ਆਪਸ਼ਨ ਪਹਿਲਾਂ ਹੀ ਹੋ ਗਈ ਸੀ। ਤੋ ਦ ਕੰਸਟੀਟਿਊਟ ਅਸੈਂਬਲੀ ਆਫ ਇੰਡੀਆ ਵਾਜ਼ ਇਲੈਕਟਡ ਬਾਈ ਪ੍ਰੋਵਿੰਸ਼ੀਅਲ ਅਸੈਂਬਲੀ, ਇਹ ਗਲਤ ਹੈ। ਗਲਤ ਕਿਉਂ ਹੈ? ਇਹਦੇ ਚ ਇਲੈਕਟਡ ਮੈਂਬਰ ਵੀ ਸੀਗੇ, ਨੋਮੀਨੇਟਡ ਮੈਂਬਰ ਵੀ ਸੀਗੇ। ਠੀਕ ਹੈ ਨਾ, ਇਲੈਕਟਡ ਮੈਂਬਰ ਵੀ ਜਿਹੜੇ ਸੀਗੇ ਦੇਵਰ ਇੰਡਰੈਕਟਲੀ, ਹਾਂ ਉਹ ਤਾਂ ਉਹਨੇ ਕਰਤਾ ਕਿਉਂਕਿ ਪ੍ਰੋਵਿੰਸ਼ੀਅਲ ਅਸੈਂਬਲੀ ਆ ਗਈ ਤਾਂ ਮਤਲਬ ਇੰਡਰੈਕਟ ਇਲੈਕਸ਼ਨ ਹੋ ਗਿਆ। ਠੀਕ ਹੈ ਨਾ, ਜਿਹੜੇ ਇਹ ਸੀ ਨਾ ਰਿਆਸਤਾਂ ਸੀਗੀਆਂ, ਰਿਆਸਤਾਂ ਨੇ ਨੋਮੀਨੇਟ ਕੀਤੇ ਹੋਏ ਸੀ ਮੈਂਬਰ, ਇਹਨਾਂ ਦੇ ਇਲੈਕਸ਼ਨ ਨਹੀਂ ਸੀ। ਹਾਲਾਂਕਿ ਕਾਂਗਰਸ ਇਹ ਗੱਲ ਕਹਿੰਦੀ ਸੀ ਕਿ ਇੱਥੇ ਇਲੈਕਸ਼ਨ ਕਰਾਓ ਤੇ ਵੀ ਇਹਨਾਂ ਨੂੰ ਤੁਸੀਂ ਨੋਮੀਨੇਸ਼ਨ ਦਾ ਹੱਕ ਨਾ ਦਿਓ, ਪਰ ਇਹਨਾਂ ਨੇ ਉੱਥੇ ਕਾਂਗਰਸ ਦੀ ਗੱਲ ਮੰਨੀ ਨਹੀਂ ਸੀ ਤੇ ਇਹਨਾਂ ਦੇ ਜਿਹੜੇ ਮੈਂਬਰ ਸਾਰੇ ਜਿਹੜੇ ਸੀਗੇ ਉਹ ਸਾਡੇ ਕੋਲ ਨੋਮੀਨੇਟਡ ਹੀ ਹੋ ਗਏ ਸੀ। ਹੁਣ ਆਹ ਬੜਾ ਸੇਫ ਹੈ ਸਾਡੇ ਕੋਲ, ਜਵਾਹਰ ਲਾਲ ਨਹਿਰੂ ਵੀ ਕੰਸਟੀਟਿਊਟ ਅਸੈਂਬਲੀ ਦਾ ਮੈਂਬਰ ਸੀ, ਤਾਂ ਹੀ ਤਾਂ ਕਮੇਟੀ ਦਾ ਚੇਅਰਮੈਨ ਬਣਿਆ, ਨਿਊ ਕਮੇਟੀ ਦਾ ਚੇਅਰਮੈਨ ਕਿਹਨੇ ਬਣਾਉਣਾ ਸੀ? ਦੋ ਕਮੇਟੀਆਂ ਦੇ ਚੇਅਰਮੈਨ ਸਾਡੇ ਕੋਲ, ਜਵਾਹਰ ਲਾਲ ਨਹਿਰੂ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਦੇ ਚੇਅਰਮੈਨ ਹੈ, ਯੂਨੀਅਨ ਪਾਵਰ ਕਮੇਟੀ ਦੇ ਚੇਅਰਮੈਨ ਹੈ, ਤੇ ਇਸੇ ਤਰ੍ਹਾਂ ਇੱਕ ਮਿੰਟ ਸਰਦਾਰ ਵੱਲਭ ਭਾਈ ਪਟੇਲ। ਇਹ ਕੁਸ਼ਚਨ ਟੇਢਾ ਕਰਤਾ ਬਈ, ਪਤਾ ਕਿਵੇਂ ਕਿਹਦੇ ਕਰਕੇ ਟੇਢਾ ਹੋ ਗਿਆ ਦੱਸੋ? ਇਹ ਸਵਾਲ ਟੇਢਾ ਹੋ ਗਿਆ, ਪਰ ਓਵਰਆਲ ਮਤਲਬ ਸਿੱਧਾ ਹੀ ਹੈ। ਐਲੀਮੀਨੇਸ਼ਨ ਮੈਥਡ ਦੇ ਨਾਲ ਜੇ ਅਸੀਂ ਇਹਨੂੰ ਕਰਦੇ ਹਾਂ ਸਵਾਲ ਨੂੰ, ਇਹ ਸਵਾਲ ਸਿੱਧਾ ਹੋ ਜਾਂਦਾ। ਸਰਦਾਰ ਵੱਲਭ ਭਾਈ ਪਟੇਲ ਵੀ ਸਾਡੇ ਕੋਲ ਇਹਦੇ ਚ ਕਲੀਅਰ ਕੱਟ ਵਿੱਚ ਹੀ ਆ ਜਾਂਦੇ ਆ। ਤੋ ਹੁਣ ਸਾਡੇ ਕੋਲ ਜਿਹੜੇ ਸੀਗੇ ਨਾ ਸੀਗਾ ਉਹ, ਪਰ ਉਹਨੇ ਜੁਆਇਨ ਨਹੀਂ ਸੀ ਕੀਤੀ, ਮੁਹੰਮਦ ਅਲੀ ਜਿੰਨਾ, ਜਿਹੜੇ ਮੁਹੰਮਦ ਅਲੀ ਜਿੰਨਾ ਸੀ ਸਾਡੇ ਕੋਲ। ਠੀਕ ਹੈ, ਜਵਾਹਰ ਲਾਲ ਨਹਿਰੂ ਨੇ MA ਜਿੰਨਾ ਐਂਡ ਸਰਦਾਰ ਵੱਲਭ ਭਾਈ ਪਟੇਲ ਮੈਂਬਰਸ ਆਫ ਦਿਸ, ਹੁਣ ਮੁਹੰਮਦ ਅਲੀ ਜਿੰਨਾ ਤੇ ਇੱਥੇ ਬੜਾ ਕੁਸ਼ਚਨ ਰੇਜ਼ ਹੁੰਦਾ, ਪਰ ਸਾਡੇ ਕੋਲ ਦੇਖੋ ਜਿਹੜਾ ਸਾਡੇ ਕੋਲ ਸੀ ਪਾਰਟ ਹੈ ਇਹ ਵੀ ਬਿਲਕੁਲ ਬਾਹਰ ਹੈ। ਇੱਕ ਮਿੰਟ, ਠੀਕ ਹੈ ਜੀ, ਇਹਦਾ ਆਂਸਰ ਇਹ ਹੈ ਜੀ, ਕਿਉਂਕਿ ਮੁਹੰਮਦ ਅਲੀ ਸ਼ਾਇਦ ਇਹਨਾਂ ਨੇ ਪਤਾ ਕਿਵੇਂ ਚੁੱਕ ਲਿਆ, ਇਹਨਾਂ ਨੇ ਇੱਕ ਪਾਰਟ ਲੈ ਲਿਆ, ਭਾਵੇਂ ਉਹ ਮੈਂਬਰ ਸੀ ਪਰ ਉਹਨੇ ਕੰਸਟੀਟਿਊਟ ਅਸੈਂਬਲੀ ਜੁਆਇਨ ਨਹੀਂ ਕੀਤੀ। ਬੀ ਤੇ ਏ ਦੇ ਵਿਚਕਾਰ ਜਿਹੜਾ ਕੰਪੀਟੀਸ਼ਨ ਸੀਗਾ, ਇਹਦੇ ਆਂਸਰ ਕੀ ਨੂੰ ਦੇ ਹਿਸਾਬ ਨਾਲ ਮੈਂ ਦੱਸ ਰਿਹਾ, ਬਾਅਦ ਮੈਂ ਤੁਹਾਨੂੰ ਮਤਲਬ ਕਲੈਰੀਫਾਈ ਕਰਦਾ।
मोहम्मद अली जिन्ना, कई बार क्वेश्चन फॉर्मुलेशन से गलती हो जाती है, मोहम्मद अली जिन्ना जरा सीगा ही वॉज इलेक्टेड इलेक्टेड टू द कॉन्स्टिट्यूएंट असेंबली, पर यह बंदे ने ज्वाइन नहीं सी की। मैं जिम्मे कल तुम दस रहा सी कि एक सी इंटायरम गवर्नमेंट, एक सी कॉन्स्टिट्यूएंट असेंबली, पाकिस्तान बनाने का एक ही तरीका सी कि इनू ज्वाइन ना करो तुसी, ते कॉन्स्टिट्यूएंट असेंबली सैटअप हो चुकी। ठीक है, हुण जे साडे कोले इत्थे साडे कोले क्वेश्चन आ जांदा वर मैंबर्स ऑफ कॉन्स्टिट्यूएंट असेंबली ऑफ इंडिया, आ देखो जो आप आईएस क्वेश्चन पढ़ते हैं ना एंड तक, जिहड़े मैं पहला लॉजिक दे रहा सी ना थोनू, ही वॉज इलेक्टेड टू इट बट डिडंट ज्वाइन, ठीक है ना, इन्हें क्या वर मैंबर्स ऑफ कॉन्स्टिट्यूएंट असेंबली, पर इतने जरा यह अपनी इंडिया वाली कॉन्स्टिट्यूएंट असेंबली च बैठा नहीं, जे बैठ जाता तो पाकिस्तान नहीं बनना, जिहड़ा पहले वाला गलत क्यों है। द कॉन्स्टिट्यूएंट असेंबली ऑफ इंडिया वॉज इलेक्टेड बाय प्रोविंशियल असेंबली मैंबर्स, ये सानू यह गल कह रहा है, इहदे च कल्ले प्रोविंशियल इलेक्टेड मैंबर नहीं सीगे, इहदे विच नॉमीनेटेड मैंबर भी सीगे, जिन्हां साडियां स्टेट्स सी ना स्टेट्स दे सारे जिहड़े मैंबर सीगे देवर द नॉमीनेटेड मैंबर्स। आ मैं थोड़ा पढ़ता, आउट ऑफ द 389 मैंबर्स 296 वर इनडायरेक्टली इलेक्टेड बाय द ब्रिटिश इंडिया, हिंदुस्तान के दो हिस्से सी नक्शे दे विच, एक हिस्सा वह सी जिथे अंग्रेजा का राज सी उहनूं असीं कहिंदे सी ब्रिटिश इंडिया, दूजा हिस्सा वह सीगा जिहड़ा रियासती हिस्सा सीगा, जिहड़ियां रियासतां सीगियां साडे कोले ਉਹ ਰਿਆਸਤਾਂ ਦੇ ਵਿੱਚ ਰਾਜਿਆਂ ਦਾ ਰਾਜ ਸੀ ਤੇ ਉੱਥੇ ਪ੍ਰਿੰਸਲੇ ਸਟੇਟਸ ਦੇ ਨੋਮੀਨੇਟਡ ਮੈਂਬਰ ਸੀ। ਇਹ ਮੈਂ ਸਟੇਟਮੈਂਟ ਦੇ ਦੁਆਰੇ ਫੇਰ ਆਉਂਦਾ ਕਿਉਂਕਿ ਆਈਐਸ ਦਾ ਕੁਸ਼ਚਨ ਹੈ ਤੇ ਅਸੀਂ ਇੰਨੀ ਜਲਦੀ ਕੰਕਲੂਡ ਨਹੀਂ ਕਰ ਸਕਦੇ। ਆਊਟ ਆਫ ਦ 389 ਮੈਂਬਰਸ 296 ਵਰ ਇਨਡਾਇਰੈਕਟਲੀ ਇਲੈਕਟਡ ਫਰੋਮ ਦ ਬ੍ਰਿਟਿਸ਼ ਇੰਡੀਆ, ਉਹ ਤਾਂ ਹੋ ਗਿਆ, ਤੇ 93 ਵਰ ਨੋਮੀਨੇਟਡ ਬਾਏ ਦਾ ਪ੍ਰਿੰਸਲੇ ਸਟੇਟਸ। ਹੁਣ ਇਹਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਤਾਂ ਕੌਂਸਟੀਟਿਊਟ ਅਸੈਂਬਲੀ ਆਫ ਇੰਡੀਆ ਵਾਜ ਇਲੈਕਟਡ ਬਾਏ, ਇਹ ਪ੍ਰੈਸ਼ਨ ਇਹ ਦਿੰਦੀ ਹੈ ਕਿ ਇਹਨਾਂ ਤੋਂ ਬਿਨਾਂ ਹੋਰ ਤਾਂ ਕੋਈ ਬੰਦਾ ਹੀ ਨਹੀਂ ਸੀਗਾ। ਇਹਦਾ ਮਤਲਬ, ਇਹਨਾਂ ਦੇ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਸਾਡੇ ਕੋਲੇ ਜਿਹੜੇ ਪ੍ਰਿੰਸਲੇ ਸਟੇਟਸ ਸੀਗੇ ਉਹਨਾਂ ਦੀ ਕੋਈ ਰਿਪ੍ਰੈਜੈਂਟੇਸ਼ਨ ਹੀ ਨਹੀਂ ਸੀ, ਵਿਚ ਇਜ਼ ਰੋਂਗ। 93 ਮੈਂਬਰ ਜਿਹੜੇ ਸੀਗੇ ਉਹ ਸਾਡੇ ਕੋਲੇ ਦੇ ਵਰ ਨੋਮੀਨੇਟਡ ਬਾਏ ਪ੍ਰਿੰਸਲੇ ਸਟੇਟਸ। ਤਾਂ ਚਲੋ ਇਹਦੇ ਵਿੱਚ ਹੁਣ ਮੈਂ ਇਹ ਤੁਹਾਨੂੰ ਮੈਂ ਇੱਥੇ ਇਹ ਪੁਆਇੰਟ ਤੁਹਾਨੂੰ ਹੋ ਗਿਆ ਕਲੀਅਰ, ਹੁਣ ਇਹਦੇ ਚ ਕੋਈ ਵੀ ਠੀਕ ਨਹੀਂ ਆ, ਠੀਕ ਹੈ ਨਾ। ਇਹਦੇ ਵਿੱਚ ਜੇ ਤੁਸੀਂ ਮੇਰੇ ਤੋਂ ਪੁੱਛੋ ਇਹਨਾਂ ਤੋਂ ਜਿਹਨੇ ਜਿਹਨੇ ਕੁਸ਼ਚਨ ਸੈਟਅਪ ਕੀਤਾ ਜਾਂ ਤਾਂ ਉਹ ਤੋਂ ਕੋਈ ਇੰਗਲਿਸ਼ ਲਿਖਣ ਚ ਗਲਤੀ ਹੋ ਗਈ, ਠੀਕ ਹੈ ਨਾ। ਤੋ ਜਿਹੜਾ ਮੇਰੇ ਹਿਸਾਬ ਨਾਲ ਇਹ ਤਾਂ ਸਿੱਧਾ ਗਲਤ ਹੈ, ਪਰ ਆਂਸਰ ਕੀ ਨੇ ਜਿਹੜਾ ਇਹਦਾ ਏ ਹੈ ਉਹ ਠੀਕ ਦਿੱਤਾ ਹੋਇਆ। ਇੱਕ ਮੈਂ ਤੁਹਾਨੂੰ ਹੋਰ ਮਾੜਾ ਜਿਹਾ ਇਹਦੇ ਚ ਡਰਾਫਟਿੰਗ ਕਮੇਟੀ ਬਾਰੇ ਇੱਕ ਨੋਟ ਦੇਦਾ। ਡਰਾਫਟਿੰਗ ਕਮੇਟੀ ਦੇ ਵਿੱਚ ਓਰੀਜਨਲੀ ਦੋ ਮੈਂਬਰ ਸੀਗੇ, ਇੱਕ ਸੀ ਬੀ ਐਲ ਮਿੱਤਰ, ਬੀ ਐਲ ਮਿੱਤਰ ਨੋਟ ਕਰ ਲਓ, ਇੱਥੇ ਲਿਖ ਦੇਣਾ ਮੈਂ ਸਪੇਸ ਹੈਗੀ ਹੈ, ਬੀ ਐਲ ਮਿੱਤਰ। ਇਹਨੂੰ ਨਾ ਇਹ ਬਾਅਦ ਚ ਹਟ ਗਿਆ ਸੀ, ਇਹਦੀ ਥਾਂ ਦੇ ਉੱਤੇ ਮਾਧੋ ਰਾਓ ਬਣਿਆ ਸੀ, ਮੈਂ ਐਮ ਰਾਓ ਹੀ ਲਿਖ ਲੈਣਾ। ਇਸੇ ਤਰ੍ਹਾਂ ਇੱਕ ਨਾ ਆਪਣੇ ਖੈਤਾਨ ਫੈਨ ਸ਼ਾਇਦ ਅੱਜ ਕੱਲ ਵੀ ਚੱਲਦੇ ਹੋਣ, ਇੱਕ ਖੈਤਾਨ ਸਾਹਿਬ ਸੀ, ਖੈਤਾਨ ਸਾਹਿਬ ਨੂੰ ਵੀ ਰਿਪਲੇਸ ਕਰਕੇ ਬਾਅਦ ਚ ਪੀ ਟੀ ਕੇ ਪੀ ਟੀ ਕ੍ਰਿਸ਼ਨਾ ਮਚਾਰੀਆ ਇਹ ਸੀਗੇ। ਮੈਂ ਜਿਹੜੇ ਤੁਹਾਨੂੰ ਡਰਾਫਟਿੰਗ ਕਮੇਟੀ ਦੇ ਮੈਂਬਰ ਹੁਣੀ ਦੱਸ ਕੇ ਹਟਿਆ ਸੀ ਥੋੜਾ ਟਾਈਮ ਪਹਿਲਾਂ, ਇਹਦੇ ਵਿੱਚ ਮੈਂ ਨਾਮ ਲਿਖਿਆ ਸੀ ਪੀ ਟੀ ਕ੍ਰਿਸ਼ਨਾ ਮਚਾਰੀਆ ਦਾ, ਇਹਨਾਂ ਨੇ ਖੈਤਾਨ ਸਾਹਿਬ ਨੂੰ ਰਿਪਲੇਸ ਕੀਤਾ ਸੀ। ਇਸੇ ਤਰ੍ਹਾਂ ਇੱਕ ਮੈਂ ਮਾਧੋ ਰਾਓ ਦੱਸਿਆ ਸੀ, ਮਾਧੋ ਰਾਓ ਨੇ ਬੀ ਐਲ ਮਿੱਤਰ ਨੂੰ ਰਿਪਲੇਸ ਕੀਤਾ ਸੀ, ਇਹ ਪੱਕਾ ਯਾਦ ਰੱਖ ਲਓ। ਇਹਦੇ ਵਿੱਚੋਂ ਕੋਈ ਵੀ ਇਹਦੀ ਆਂਸਰ ਕੀ ਜਿਹੜੀ ਠੀਕ ਨਹੀਂ ਹੈ, ਮੈਂ ਫਿਰ ਵੀ ਥੋੜਾ ਜਿਹਾ ਦਾਅ ਡੀ ਦੇ ਉੱਤੇ ਇਸ ਕਰਕੇ ਲਗਾ ਦਿੰਦਾ ਕਿ ਉਸ ਕੌਂਸਟੀਚੁਐਂਟ ਅਸੈਂਬਲੀ ਨੂੰ ਮੁਹੰਮਦ ਅਲੀ ਜਿੰਨਾ ਇਲੈਕਟ ਹੋ ਗਏ ਸੀ, ਜੁਆਇਨ ਨਹੀਂ ਸੀ ਕੀਤਾ ਉਹਨਾਂ ਨੇ। ਤੋ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਮੈਨੂੰ ਜਿਹੜਾ ਥੋੜਾ ਮੋਟਾ ਠੀਕ ਆਂਸਰ ਹੋਣ ਦੇ ਨੇੜੇ ਲੱਗਦਾ ਉਹ ਬੀ ਲੱਗਦਾ, ਇਹ ਸ਼ਰਿਆਮ ਗਲਤ ਹੈ, ਆਂਸਰ ਕੀ ਨੇ ਇਹ ਠੀਕ ਦਿੱਤਾ ਹੋਇਆ। ਇਹ ਮੇਰੀ ਗੱਲ ਯਾਦ ਰੱਖਣਾ, ਆਂਸਰ ਕੀਆਂ ਠੀਕ ਨਹੀਂ ਹੁੰਦੀਆਂ ਕਈ ਵਾਰੀ। ਅਗਲਾ ਪਾਠ, ਤੁਸੀਂ ਕਨਵਿੰਸ ਹੋ ਨਾ ਕਿ ਇਹ ਗਲਤ ਕਿਉਂ ਹੈ, ਨਹੀਂ ਕਨਵਿੰਸ ਤਾਂ ਕੱਲ ਦੁਆਰਾ ਡਿਸਕਸ ਕਰ ਲਾਂਗੇ। ਮੇਰੇ ਕੋਲ ਦਾ ਦੇਅਰ ਇਜ਼ ਐਨ ਐਪਲ ਰੀਜ਼ਨ, ਮੈਚ ਦਾ ਫਾਲੋਇੰਗ, July 22, 1947 adoption of national song by constituent assembly, January 24, 1950 adoption of national emblem by the government, तो नेशनल सॉन्ग ते नेशनल एंथम मैंने दसो केड़ा नेट ते होनी चेक करके, January 26, 1950 adoption of national calendar by government, March 2, 1957 adoption of national flag by the constituent assembly। तो देखो इन्हें सानू ऑप्शन दित्तियां, ये सारिया जिहड़ियां ऑप्शन दे उत्ते तुसी एक बार जरा वर्कआउट करो कि ऑप्शन हो सकती है। ऑप्शन देखो साडे कोले जिहड़ा ए है जुलाई बाई, देखो नेशनल फ्लैग की इन्होंने कमेटी बना रखी थी, ठीक है ना, नेशनल फ्लैग की कमेटी बना रखी थी July 22, 1947, तो ऑब्वियसली है कि 26 जनवरी 1950 तो पहले ही होया होगा जिहड़ा अडॉप्शन ऑफ नेशनल फ्लैग है।
ਤੋ ਇਹਦਾ ਮਤਲਬ ਜੇ ਅਡੋਪਸ਼ਨ ਆਫ ਨੈਸ਼ਨਲ ਫਲੈਗ ਹੈ ਦੋ ਡੇਟਸ ਸਾਡੇ ਕੋਲ ਏ ਤੇ ਜਿਹੜਾ 4 ਹੈ ਇਹਨੂੰ ਏ ਤੇ ਬੀ ਆ ਜਾਂਦਾ ਇਹਦਾ ਆਂਸਰ ਏ ਹੈ ਤੇ ਇਹਨੂੰ ਤੁਸੀਂ ਨਾ ਮੈਮੋਰਾਈਜ਼ ਕਰ ਲਓ ਇਹ ਜਿਹੜੇ ਛੋਟੇ ਐਗਜ਼ਾਮ ਨੇ ਨਾ ਜਿਵੇਂ ਐਸ ਆਈ ਦਾ ਐਗਜ਼ਾਮ ਹੋ ਗਿਆ ਜਾਂ ਤੁਹਾਡੇ ਕੋਲ ਹੋਰ ਐਗਜ਼ਾਮ ਆ ਗਏ ਠੀਕ ਹੈ ਕੋਆਪਰੇਟਿਵ ਦਾ ਐਗਜ਼ਾਮ ਆ ਗਿਆ ਤੇ ਇਹਨਾਂ ਐਗਜ਼ਾਮ ਦੇ ਲਈ ਹਾਂਜੀ ਇੱਕ ਮਿੰਟ ਮੈਂ ਤੁਹਾਨੂੰ ਨਾ ਇਹਦਾ ਇੱਥੇ ਆਂਸਰ ਕੀ ਸੀਗਾ ਆਈ ਵਿਲ ਅਸਿਊਮ ਦੈਟ ਆਂਸਰ ਕੀ ਇਜ਼ ਕਰੈਕਟ ਪਰ ਫਿਰ ਵੀ ਤੁਸੀਂ ਕ੍ਰਾਸ ਚੈੱਕ ਕਰਦੇ ਰਹਿਣਾ ਆਂਸਰ ਕੀ ਤੋ ਦੇਖੋ ਇਹਦੀ ਏ ਦਾ 4 ਹੈ ਜੁਲਾਈ 22 1947 ਜਿਹੜਾ ਅਡੋਪਸ਼ਨ ਆਫ ਨੈਸ਼ਨਲ ਫਲੈਗ ਹੈ ਤੇ ਜਿਹੜਾ ਬੀ ਹੈ ਜਨਵਰੀ 24 1950 ਅਡੋਪਸ਼ਨ ਆਫ ਨੈਸ਼ਨਲ ਸੌਂਗ ਤੇ ਉਸ ਤੋਂ ਬਾਅਦ ਸੀ 26 ਜਨਵਰੀ 1950 ਅਡੋਪਸ਼ਨ ਆਫ ਨੈਸ਼ਨਲ ਐਂਬਲਮ ਤੇ ਉਸ ਤੋਂ ਬਾਅਦ ਸਾਡੇ ਕੋਲੇ ਡੀ ਆ ਗਿਆ ਡੀ ਗੋਸ ਟੂ 3 ਅਡੋਪਸ਼ਨ ਆਫ ਨੈਸ਼ਨਲ ਕੈਲੰਡਰ ਤੇ ਨੈਸ਼ਨਲ ਕੈਲੰਡਰ ਪਤਾ ਆਪਣਾ ਕਿਹੜਾ ਹੈਗਾ ਸਾਕਾ ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਮਾੜਾ ਜਿਹਾ ਕੁਦਰਤੀ ਗੱਲ ਆ ਗਈ ਇੰਡੀਆ ਦਾ ਨੈਸ਼ਨਲ ਕੈਲੰਡਰ ਦੇ ਵਿੱਚ ਸਾਕਾ ਇਰਾ ਅਸੀਂ ਅਡਾਪਟ ਕੀਤਾ ਹੋਇਆ ਤੋ ਐਕਚੁਅਲ ਸਾਡਾ ਸਾਕਾ ਇਰਾ ਇਹ ਕੁਸ਼ਾਣ ਵੰਸ਼ ਵੇਲੇ 78 AD ਤੋਂ ਸਾਡਾ ਸ਼ੁਰੂ ਹੁੰਦਾ ਇੱਕ ਨਾ ਜਿਹੜੀ ਰਾਈਟ ਵਿੰਗ ਪਾਰਟੀਜ਼ ਨੇ ਹਿੰਦੂ ਮਤ ਜਾਂ ਸਨਾਤਨ ਮਤ ਦੇ ਸਪੋਰਟਰ ਨੇ ਉਹ ਚਾਹੁੰਦੇ ਆ ਕਿ ਵਿਕਰਮੀ ਇਰਾ ਹੋਣਾ ਚਾਹੀਦਾ ਸੀ ਵਿਕਰਮੀ ਇਰਾ 58 BC ਤੋਂ ਸਟਾਰਟ ਹੁੰਦਾ ਜਿਵੇਂ ਅੱਜ ਕੱਲ ਆਪਣੇ 2022 ਦੇ ਵਿੱਚ ਆਪਾਂ ਬੈਠੇ ਹਾਂ ਜਿਹੜਾ ਤਾਂ ਹੈਗਾ ਸਾਕਾ ਇਰਾ ਉਹਦੇ ਲਈ ਤਾਂ 78 ਮਾਈਨਸ ਕਰਨੇ ਪੈਣਗੇ ਜਿਹੜਾ ਸਾਡੇ ਕੋਲ ਵਿਕਰਮੀ ਇਰਾ ਉਹਦੇ ਲਈ ਸੋਰੀ 78 ਨਹੀਂ 58 ਹੋ ਗਿਆ ਇੱਥੇ ਤੋ ਇਹਦੇ ਵਿੱਚ ਜਿਹੜਾ ਸੀਗਾ 58 ਐਡ ਹੋਣਗੇ ਇੱਕ ਮੈਂ ਹੋਰ ਗੱਲ ਦੱਸਦਾ ਜਿਹੜਾ ਤੁਹਾਡੇ ਕੋਲ ਵਿਕਰਮੀ ਇਰਾ ਨਾ ਵਿਕਰਮੀ ਇਰਾ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਜਿਹੜਾ ਸਾਡੇ ਕੋਲ ਦਸਮ ਗ੍ਰੰਥ ਹੈ ਨਾ ਮੈਂ ਦਸਮ ਹੀ ਲਿਖ ਦਿੰਦਾ ਦਸਮ ਗ੍ਰੰਥ ਹੈ ਜਿਹੜਾ ਇਹਦੇ ਵਿੱਚ ਵਿਕਰਮੀ ਇਰਾ ਫਾਲੋ ਹੁੰਦਾ ਵਿਕਰਮੀ ਇਰਾ ਕੀ ਸੀ ਆਪਣੇ ਵਿਕਰਮੇ ਆਦਿਤ ਦੀ ਉਪਾਧੀ 14 ਰਾਜਿਆਂ ਨੇ ਅਡੋਪਟ ਕੀਤੀ ਹੈ ਜਦੋਂ ਕੋਈ ਹਿੰਦੁਸਤਾਨੀ ਰਾਜਾ ਕਿਸੇ ਫੋਰਨਰ ਨੂੰ ਹਰਾ ਦਿੰਦਾ ਸੀ ਤਾਂ ਉਹ ਵਿਕਰਮਾਦਿਤ ਦਾ ਟਾਈਟਲ ਅਡੋਪਟ ਕਰ ਲੈਂਦਾ ਸੀ ਚਲੋ ਇਹ ਮੇਰੇ ਤੋਂ ਇਰਾ ਤੋਂ ਮੇਰੇ ਦਿਮਾਗ ਚ ਗੱਲ ਯਾਦ ਆ ਗਈ ਤੇ ਨੈਸ਼ਨਲ ਐਂਥਮ ਤੇ ਨੈਸ਼ਨਲ ਸੌਂਗ ਫਰਕ ਕਰ ਲੈਣਾ ਨੈਸ਼ਨਲ ਐਂਥਮ ਕੀ ਆਪਣਾ ਬਿਲਕੁਲ ਨੈਸ਼ਨਲ ਸੌਂਗ ਸਾਡੇ ਕੋਲੇ ਬੰਦੇ ਮਾਤਰਮ ਪੱਕਾ ਯਾਦ ਰੱਖ ਲੈਣਾ ਤੇ ਇੱਕ ਹੋਰ ਯਾਦ ਰੱਖਣਾ ਅਮਰ ਸੋਨਰ ਬਾਂਗਲਾ ਜਿਹੜਾ ਹੈ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਹੋਇਆ ਇਹ ਨੈਸ਼ਨਲ ਸੌਂਗ ਹੈ ਬੰਗਲਾਦੇਸ਼ ਦਾ ਤੇ ਅੱਗੇ ਜੀ ਅਗਲਾ ਕੁਸ਼ਚਨ ਇਹ ਆ ਗਿਆ ਵਿਚ ਆਰ ਦਾ ਫਾਲੋਇੰਗ ਇਸ ਕਰੈਕਟ ਇਸ ਔਰ ਆਰ ਕਰੈਕਟਲੀ ਮੈਚਡ ਲਓ ਜੀ ਹੇਠਲੇ ਚ ਸਾਡੇ ਕੋਲ ਨੈਸ਼ਨਲ ਸੌਂਗ ਕੀ ਹੈ ਆਪਣਾ ਬੰਦੇ ਮਾਤਰਮ ਨੈਸ਼ਨਲ ਫਲਾਰ ਇਹ ਸਾਰੇ ਜੀ ਕ੍ਰੋਸ ਚੈੱਕ ਕਰ ਲਓ ਇੱਕ ਵਾਰ ਦੀਜ਼ ਆਰ ਦਾ ਈਜ਼ੀ ਕੁਐਸਚਨਸ ਤੋਂ ਇਹਦਾ ਆਨਸਰ ਜਿਹੜਾ ਹੈਗਾ ਸਾਡੇ ਕੋਲ ਇੱਕ ਤਾਂ ਫਸਟ ਸਹੀ ਮੈਚ ਹੈ ਤੇ ਜਿਹੜਾ ਹੈਗਾ ਦੂਜਾ ਡੀ ਹੈ ਜਿਹੜਾ ਆਪਣਾ ਇੰਡੀਅਨ ਨੈਸ਼ਨਲ ਫਲਾਵਰ ਹੈ ਚੈੱਕ ਕਰਨਾ ਲੋਟਸ ਹੈ ਮੈਨੂੰ ਲੱਗਦਾ ਠੀਕ ਹੈ ਨਾ ਤੇ ਹਾਂ ਤੇ ਇੰਡੀਅਨ ਨੈਸ਼ਨਲ ਐਨੀਮਲ ਚੈੱਕ ਕਰ ਲੈਣਾ ਕਿਹੜਾ ਹੁਣੀ ਚੈੱਕ ਕਰਕੇ ਦੱਸੋ ਕਿਹੜਾ ਜੀ ਇੰਡੀਅਨ ਨੈਸ਼ਨਲ ਐਨੀਮਲ ਹਾਂ ਇਹ ਕਰੋ ਚੈੱਕ ਕਰੋ ਸਾਰੇ ਕਿਉਂਕਿ ਮੈਨੂੰ ਨਾ ਆਨਸਰ ਕੀ ਦੇ ਉੱਤੇ ਇਹਨਾਂ ਦੇ ਇੰਨਾ ਜ਼ਿਆਦਾ ਬਲੀਫ ਨਹੀਂ ਆਇਆ ਬਿਲਕੁਲ ਨਾ ਮਤਲਬ ਕਿ ਕੋਈ ਜ਼ਿਆਦਾ ਕੁਐਸਚਨ ਟਾਈਗਰ ਹੈ ਐਨੀਮਲ ਤਾਂ ਟਾਈਗਰ ਹੈ ਨੈਸ਼ਨਲ ਐਨੀਮਲ ਟਾਈਗਰ ਹੈ ਹਾਂਜੀ ਸਰ ਤੇ ਉਸ ਤੋਂ ਬਾਅਦ ਨੈਸ਼ਨਲ ਨੈਸ਼ਨਲ ਫਲਾਰ ਕਿਹੜਾ ਨੈਸ਼ਨਲ ਫਲਾਰ ਦੇਖੋ ਲੋਟਸ ਹੈ ਲੋਟਸ ਹੈ ਤੇ ਜਿਹੜਾ ਸਾਡੇ ਕੋਲ ਇੰਡੀਆ ਨੈਸ਼ਨਲ ਸੌਂਗ ਬੰਦੇ ਮਾਤਰਮ ਫਿਰ ਇਹਨੇ ਇਹਨੇ ਆਨਸਰ ਕੀ ਕਿਵੇਂ ਦਿੱਤੀ ਸਾਡੇ ਕੋਲ ਡੀ ਸਹੀ ਦਿੱਤਾ ਹੋਇਆ ਡੀ ਦੇ ਵਿੱਚ ਇਹਨੇ ਇੱਕ ਹਾਂ ਪਹਿਲਾਂ ਬੰਦੇ ਮਾਤਰਮ ਤੇ ਤੀਜਾ ਹਾਂ ਠੀਕ ਹੈ ਠੀਕ ਹੈ ਤੀਜਾ ਠੀਕ ਹੈ ਟਾਈਗਰ ਠੀਕ ਹੈ ਠੀਕ ਹੈ ਉਹ ਮੈਂ ਤੀਜਾ ਨੂੰ ਫੋਰ ਸਮਝੀ ਜਾਂਦਾ ਠੀਕ ਹੈ ਜੀ ਆਨਸਰ ਕੀ ਇਜ਼ ਕਰੈਕਟ ਠੀਕ ਹੈ ਹੁਣ ਆਪਾਂ ਨੈਕਸਟ ਜਿਹੜਾ ਕੁਐਸਚਨ ਤੇ ਚੱਲੇ ਹਾਂ ਦ ਡਿਜ਼ਾਈਨ ਆਫ ਨੈਸ਼ਨਲ ਫਲੈਗ ਵਾਸ ਅਡਾਪਟਿਡ ਬਾਏ ਦਾ ਕੰਸਟੀਟਿਊਂਟ ਅਸੈਂਬਲੀ ਆਫ ਇੰਡੀਆ ਇਨ ਇੱਥੇ ਥੋੜਾ ਜਿਹਾ ਲੈਟਰ ਨਾਲ ਲੱਗੀਆਂ ਹੋਈਆਂ ਨੇ ਮੈਂ ਇਹਨੂੰ ਥੋੜਾ ਜਿਹਾ ਸੈਪਰੇਟ ਕਰਦਾ ਜਿਹੜਾ ਸਾਡੇ ਕੋਲ ਨੈਸ਼ਨਲ ਫਲੈਗ ਹੈ ਇਹ ਜਿਹੜਾ ਸੀਗਾ ਇਹਦਾ ਜਿਹੜਾ ਡਿਜ਼ਾਈਨ ਸੀਗਾ ਇਹ ਕਦੋਂ ਅਡਾਪਟ ਹੋਇਆ ਸੀ ਹਾਂਜੀ ਦੱਸੋ ਬਿਲਕੁਲ ਆਨਸਰ ਇਜ਼ ਸੀ ਠੀਕ ਹੈ ਜੀ ਤੋ ਲਓ ਜਰਾ ਆਪਾਂ ਲਾਸਟ ਕੁਐਸਚਨ ਟੇਕ ਅਪ ਕਰੀਏ ਇਹਦਾ ਆਪਾਂ 20 ਕੁਐਸਚਨ ਕਰਨੇ ਹੁੰਦੇ ਆ ਤੋ ਵਿਚ ਆਫ ਦਾ ਫੋਲੋਇੰਗ ਵਾਜ਼ ਦਾ ਪ੍ਰਿੰਸੀਪਲ ਫੀਚਰ ਆਫ ਦਾ ਗਵਰਨਮੈਂਟ ਆਫ ਇੰਡੀਆ ਐਕਟ 1919 ਨੇ ਕੀ ਕਹਿੰਦਾ ਇੰਟਰੋਡਕਸ਼ਨ ਆਫ ਡਾਇਰਕੀ ਇਨ ਦਾ ਐਗਜ਼ੀਕਿਊਟਿਵ ਗਵਰਨਮੈਂਟ ਆਫ ਤਿੰਨਾਂ ਪ੍ਰੋਵਿੰਸਸ ਬਿਲਕੁਲ ਠੀਕ ਹੈ ਸਰ ਦੂਜਾ ਗਲਤ ਹੈ ਨਾ ਇੰਟਰੋਡਕਸ਼ਨ ਆਫ ਸੈਪਰੇਟ ਕਮਿਊਨਲ ਇਲੈਕਟੋਰੇਟ ਫਾਰ ਮੁਸਲਿਮ ਇਹ ਗਵਰਨਮੈਂਟ ਆਫ ਇੰਡੀਆ ਐਕਟ ਇੰਡੀਅਨ ਕੌਂਸਲ ਐਕਟ 1909 ਕਰਦਾ ਸੀ ਪਾਰਲੀਮੈਂਟ ਰਿਫਾਰਮ ਨੇ ਠੀਕ ਹੈ ਤੋ ਡਿਵੋਲੂਸ਼ਨ ਆਫ ਲੈਜਿਸਲੇਟਿਵ ਅਥਾਰਟੀ ਬਾਈ ਸੈਂਟ ਦੇਖੋ ਇੱਕ ਨੰਬਰ ਇਜ਼ ਕਰੈਕਟ ਦੋ ਗਲਤ ਹੈ ਤੋ ਦੋ ਨਹੀਂ ਹੈਗਾ ਤਾਂ ਡੀ ਬੰਦਾ ਇਹਦੇ ਹਿਸਾਬ ਨਾਲ ਡੀ ਆ ਗਿਆ ਇਹਦਾ ਹੁਣ ਕੱਲਾ ਕੱਲਾ ਸੀ ਦੇਖੀ ਹਾਂਜੀ ਹਾਂਜੀ ਕੀ ਕਹਿ ਰਹੇ ਤੁਸੀਂ ਤੁਸੀਂ ਸਰ ਮੈਂ ਕਿਹਾ 3 ਵੀ ਠੀਕ ਹੈ ਸਰ ਹਾਂ 3 ਠੀਕ ਹੈ ਡੈਵੋਲੂਸ਼ਨ ਆਫ ਲੈਜਿਸਲੇਟਿਵ ਅਥਾਰਟੀ ਬਾਈ ਸੈਂਟਰ ਟੂ ਪ੍ਰੋਵਿੰਸਸ 10 ਲਿਸਟਾਂ ਬਣਾ ਦਿੱਤੀਆਂ ਸੀ ਉਹਨਾਂ ਨੇ ਠੀਕ ਹੈ ਨਾ
ਤੇ ਐਕਸਪੈਂਸ਼ਨ ਆਫ ਰੀਕਨਸਟੀਟਿਊਸ਼ਨ ਐਕਸਪੈਂਸ਼ਨ ਐਂਡ ਰੀਕਨਸਟੀਟਿਊਸ਼ਨ ਇਹ ਵੀ ਠੀਕ ਹੈ ਸੈਂਟਰਲ ਐਂਡ ਪ੍ਰੋਵਿੰਸ਼ੀਅਲ ਲੈਜਿਸਲੇਚਰ ਤੋਂ ਦੇਖੋ ਜਦੋਂ ਸਾਨੂੰ ਇੱਕ ਗਲਤ ਮਿਲ ਜਾਏ ਨਾ ਆਡਮੈਨ ਆਊਟ ਹੋ ਗਿਆ ਤੁਸੀਂ ਨਾਲ ਦੀ ਨਾਲ ਆਂਸਰ ਕੀ ਚੈੱਕ ਕਰ ਲਓ ਜਿਵੇਂ ਹੁਣ ਸਾਨੂੰ ਉਹ ਆਂਸਰ ਚਾਹੀਦਾ ਜਿਹਦੇ ਚ ਦੋ ਨਾ ਹੋਵੇ ਤੋਂ ਡੀ ਰਹਿ ਜਾਂਦਾ ਗੱਲ ਉਦੋਂ ਬਾਅਦ ਇੱਕ ਵਾਰੀ ਦੁਬਾਰਾ ਚੈੱਕ ਇੱਕ ਵਾਰੀ ਕ੍ਰੋਸ ਚੈੱਕ ਕਰ ਲਓ ਤੋ ਵਿਚ ਆਫ ਦ ਫੋਲੋਇੰਗ ਪ੍ਰੂਫ ਟੂ ਬੀ ਦ ਮੋਸਟ ਸ਼ਾਰਟ ਲਿਵਡ ਆਫ ਆਲ ਬ੍ਰਿਟਿਸ਼ ਕਨਸਟੀਟਿਊਸ਼ਨਲ ਐਕਸਪੈਰੀਮੈਂਟ ਇਨ ਇੰਡੀਆ ਸਭ ਤੋਂ ਜ਼ਿਆਦਾ ਸ਼ਾਰਟ ਲਿਵਡ ਕਿਹੜਾ ਸੀਗਾ ਪਿਟਸ ਇੰਡੀਆ ਐਕਟ ਬੜਾ ਲੰਬਾ ਗਿਆ ਪਿਟਸ ਇੰਡੀਆ ਐਕਟ ਦੀ ਡੈਥ ਹੋਈ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਮਤਲਬ ਕਿ 1857 ਤੋਂ ਬਾਅਦ ਜਿਹੜਾ ਆਇਆ ਸੀ ਜਿਹਦੇ ਚ ਉਹਨਾਂ ਨੇ ਇੰਡੀਆ ਦਾ ਰੈਵਨਿਊ ਤੇ ਗਵਰਨਮੈਂਟ ਜਿਹੜੀ ਸੀਗੀ ਉਹ ਸਾਰੀ ਦੀ ਸਾਰੀ ਟ੍ਰਾਂਸਫਰ ਕਰਤੀ ਸੀ ਜਿਹੜੀ ਕਰਾਊਨ ਨੂੰ ਤੇ ਉੱਥੋਂ ਦੀ ਪਾਰਲੀਮੈਂਟ ਨੂੰ ਇੰਡੀਅਨ ਹਾਂ ਉਹ ਤੁਸੀਂ ਨਹੀਂ ਨਹੀਂ ਉਹ ਨਾ 1859 ਦੇ ਅਰਾਊਂਡ ਹੈ 58 ਜਾਂ 59 ਚ ਆਇਆ ਸੀਗਾ ਉਹ ਤੇ ਉਹਦੇ ਚ ਉਹਨਾਂ ਨੇ ਜਿਹੜਾ ਸੀਗਾ ਈਸਟ ਇੰਡੀਆ ਕੰਪਨੀ ਜਿਹੜੀ ਪਾਵਰ ਸੀ ਨਾ ਇੰਡੀਆ ਦੇ ਵਿੱਚ ਉਹ ਖਤਮ ਕਰਤੀ ਸੀ ਸਾਰੀ ਉਹਨੂੰ ਕਹਿੰਦੇ ਆ ਕਿ ਡੈਥ ਆਫ ਪਿਟਸ ਐਕਟ ਪਿਟਸ ਐਕਟ ਨੇ ਸਾਡੇ ਕੋਲ ਜਿਹੜਾ ਸੀ ਨਾ ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰਸ ਬਣਾਏ ਸੀ ਡਿਊਅਲ ਗਵਰਨੈਂਸ ਸਟਾਰਟ ਕਰਤੀ ਸੀ ਠੀਕ ਹੈ ਨਾ ਤੋ ਪਿਟਸ ਇੰਡੀਆ ਐਕਟ ਦੀ ਡੈਥ ਉਦੋਂ ਹੋਈ ਸੀ ਸਭ ਤੋਂ ਲੰਬਾ ਸਾਡੇ ਕੋਲ ਪਿਟਸ ਇੰਡੀਆ ਐਕਟ ਹੈ ਗਵਰਨਮੈਂਟ ਆਫ ਇੰਡੀਆ ਐਕਟ ਇਹਦੇ ਚ ਵੈਸੇ ਦੋਵਾਂ ਚ ਕੰਪੀਟੀਸ਼ਨ ਹੈ ਕਿਉਂਕਿ ਗਵਰਨਮੈਂਟ ਆਫ ਇੰਡੀਆ ਐਕਟ ਵੀ ਥੋੜਾ ਸਮਾਂ ਹੀ ਚੱਲਿਆ ਸੀ ਸਾਡੇ ਕੋਲ ਇੰਡੀਅਨ ਕੌਂਸਲ ਐਕਟ ਹੈ ਜਿਹੜਾ 1909 ਚ ਪਾਸ ਹੋਇਆ 1919 ਚ ਗਵਰਨਮੈਂਟ ਆਫ ਇੰਡੀਆ ਐਕਟ ਨਵਾਂ ਆ ਗਿਆ ਇਹਦੀ 10 ਸਾਲ ਦੀ ਲਾਈਫ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਹੈ ਇਹ ਤੁਸੀਂ ਲਾ ਲਓ ਕਿ 47 ਤੱਕ ਹੀ ਚੱਲਿਆ ਕੁਛ ਇਹਦੇ ਪਾਰਟ ਸੀ ਜਿਹੜੇ ਉਹ ਇੰਪਲੀਮੈਂਟ ਨਹੀਂ ਹੋਏ ਕੁਛ ਇੰਪਲੀਮੈਂਟ ਹੋ ਗਏ ਸੀ ਤੋ ਇਹਦੇ ਵਿੱਚ ਜਿਹੜਾ ਸਾਡੇ ਹਾਂਜੀ ਹਾਂਜੀ ਬੋਲੋ ਬੋਲੋ ਮੈਂ ਤੁਹਾਨੂੰ ਜਿਹੜਾ ਉਹ ਇੰਡੀਅਨ ਜਿਹੜਾ ਤੁਸੀਂ ਕਹਿ ਰਹੇ ਸੀ ਨਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1858 ਸੀ ਦਾ ਐਕਟ ਟ੍ਰਾਂਸਫਰਡ ਦਾ ਗਵਰਨਮੈਂਟ ਟੈਰੀਟਰੀ ਐਂਡ ਰੈਵਨਿਊ ਆਫ ਇੰਡੀਆ ਫਰੋਮ ਈਸਟ ਇੰਡੀਆ ਕੰਪਨੀ ਟੂ ਦਾ ਬ੍ਰਿਟਿਸ਼ ਕਰਾਊਨ ਤੋ ਦਿਸ ਐਕਟ ਵਾਸ ਡੈਥ ਟੂ ਪਿਟਸ ਇੰਡੀਆ ਐਕਟ 1783 ਤੋ ਜਿਹੜਾ ਪਿਟਸ ਇੰਡੀਆ ਐਕਟ ਸੀਗਾ ਐਸਟੈਬਲਿਸ਼ ਡਿਊਅਲ ਸਿਸਟਮ ਆਫ ਗਵਰਨੈਂਸ ਇਨ ਦ ਫੇਸ ਆਫ ਈਸਟ ਇੰਡੀਆ ਕੰਪਨੀ ਤੇ ਉਹਦੇ ਚ ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰਸ ਕੰਪਨੀ ਅਫੀਸ਼ੀਅਲ ਸੀਗੇ ਤੇ ਜਿਹੜਾ ਬੋਰਡ ਆਫ ਕੰਟਰੋਲ ਸੀ ਸਾਡੇ ਕੋਲੇ ਉਹ ਜਿਹੜਾ ਮਤਲਬ ਕਿ ਇਹਨਾਂ ਦੀ ਪਾਰਲੀਮੈਂਟ ਦੇ ਰਿਪ੍ਰੈਜੈਂਟੇਟਿਵ ਸੀਗੇ ਬ੍ਰਿਟਿਸ਼ ਕੈਬਨਿਟ ਦੇ ਜੇ ਆਪਾਂ ਕਹੀਏ ਨਾ ਕਿ ਪਾਰਲੀਮੈਂਟ ਦਾ ਕੰਟਰੋਲ ਤਾਂ ਮਾੜਾ ਮੋਟਾ ਇੰਡੀਆ ਦੇ ਉੱਤੇ 1784 ਚ ਸ਼ੁਰੂ ਹੋ ਗਿਆ ਸੀ ਤੇ ਇੰਡੀਆ ਦੇ ਉੱਤੇ ਪਾਰਲੀਮੈਂਟ ਦਾ ਕੰਪਲੀਟ ਕੰਟਰੋਲ ਹੈ ਜਿਹੜਾ ਉਹ 1858 ਚ ਸ਼ੁਰੂ ਹੋ ਗਿਆ ਸੀ ਪਰ ਫਰਕ ਸਿਰਫ ਇਹਨਾਂ ਸੀ ਕਿ ਜਿਹੜੀ ਪਾਰਲੀਮੈਂਟ ਇੰਡੀਆ ਨੂੰ ਕੰਟਰੋਲ ਕਰਦੀ ਸੀ ਉਹ ਇੰਡੀਅਨ ਪਾਰਲੀਮੈਂਟ ਨਹੀਂ ਸੀ ਉਹ ਬ੍ਰਿਟਿਸ਼ ਪਾਰਲੀਮੈਂਟ ਸੀ ਤੇ ਚਲੋ ਅੱਜ ਦੇ ਆਪਾਂ ਇੰਨੇ ਕੁ ਕੁਐਸਚਨਸ ਕਰਨੇ ਸੀਗੇ